ਪ੍ਰਾਈਮ ਏਸ਼ੀਆ ਟੈਲੀਵਿਜ਼ਨ ਵੇਖ ਰਹੀ ਸਮੂੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਣੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ ਪ੍ਰਾਈਮ ਟਾਈਮ ਵਿਦ ਬੈਣੀਪਾਲ ਵਿੱਚ ਤੁਹਾਡਾ ਸਭ ਦਾ ਹਾਰਦਿਕ ਸਵਾਗਤ ਹੈ ਦੋਸਤੋ ਖੂਬਸੂਤ ਸ਼ਹਿਰ ਚੰਡੀਗੜ੍ਹ ਪੰਜਾਬ ਅਤੇ ਹਰਿਆਣਾ ਦੀ ਰਾਜਧਾਨੀ ਜਿਸ ਦੇ ਵਿੱਚ ਬਹੁਤ ਸਾਰੇ ਪੰਜਾਬੀਆਂ ਦਾ ਅਤੇ ਭਾਰਤੀਆਂ ਦਾ ਦਿਲ ਟੜਕਦਾ ਹੈ ਅਤੇ ਉੱਥੇ ਇੱਕ ਵਸਿਆ ਹੈ ਮਹਾਨ ਗੀਤਕਾਰ ਪੇਸ਼ਕਾਰ ਪੱਤਰਕਾਰ ਤੇ ਬਹੁਤ ਸਾਰੇ ਗੀਤ ਪੰਜਾਬੀ ਮਾਂ ਬੋਲੀ ਨੂੰ ਹਿੱਟ ਨਹੀਂ ਸਗੋ ਸੁਪਰ ਹਿੱਟ ਦਿੱਤੇ ਨੇ ਕੁਝ ਇੱਕਦਮ ਜ਼ਿਕਰ ਕਰਾਂਗਾ ਤੁਹਾਨੂੰ ਪਤਾ ਲੱਗ ਜਾਣਾ ਕਿ ਉਹ ਗੀਤਕਾਰ ਉਹ ਪੇਸ਼ਕਾਰ ਹਨ ਤੇ ਹਨ ਕੌਣ ਤੂੰ ਨਹੀਂ ਬੋਲਦੀ ਰਕਾਨੇ ਤੂੰ ਨਹੀਂ ਬੋਲਦੀ ਤੇਰੇ ਚ ਤੇਰਾ ਯਾਰ ਬੋਲਦਾ ਦੁਪੱਟਾ ਤੇਰਾ ਸੱਤ ਰੰਗ ਦਾ ਲੋਕਾਂ ਦਾ ਨਾ ਦੁੱਧ ਵੇਖਦਾ ਤੇਰਾ ਵੇਖਦਾ ਜੈ ਕੁਰੇ ਪਾਣੀ ਇਸ ਤਰ੍ਹਾਂ ਦੇ ਇੱਕ ਨਹੀਂ ਅਨੇਕਾਂ ਗੀਤ ਨੇ ਦਾ ਜ਼ਿਕਰ ਘੰਟਿਆਂ ਬੱਧੀ ਕੀਤਾ ਜਾ ਸਕਦਾ ਹੈ ਮੇਰੀ ਮੁਰਾਦ ਹੈ ਤੁਹਾਡੇ ਆਪਣੇ ਸੰਧੂ ਸ਼ਮਸ਼ੇਰ ਤੋਂ ਜਿਨਾ ਦੇ ਨਾਲ ਅੱਜ ਅਸੀਂ ਗੱਲਬਾਤ ਕਰਨ ਵਾਸਤੇ ਉਹਨਾਂ ਦੇ ਘਰ ਚੰਡੀਗੜ੍ਹ ਵਿਖੇ ਪੁੱਜ ਚੁੱਕੇ ਹਾਂ ਅਤੇ ਉਹਨਾਂ ਦੇ ਨਾਲ ਬਹੁਤ ਸਾਰੀਆਂ ਗੱਲਾਂ ਬਾਤਾਂ surjit bind rakhiya ਅਤੇ ਹੋਰ ਬਹੁਤ ਸਾਰੇ ਕਲਾਕਾਰਾਂ ਦੇ ਨਾਲ ਉਹਨਾਂ ਦੀਆਂ ਯਾਦਾਂ ਤੁਹਾਡੇ ਰੂਬਰੂ ਕਰਨ ਦਾ ਅਜ ਮਾਣ ਪ੍ਰਾਪਤ ਕਰਨ ਜਾ ਰਹੇ ਹਾਂ ਆਓ ਸੰਧੂ ਸਾਹਿਬ ਦੇ ਨਾਲ ਗੱਲਾਂ ਬਾਤਾਂ ਕਰੀਏ ਸੰਧੂ ਸਾਹਿਬ ਪੰਜਾਬੀ ਗੀਤਕਾਰੀ ਦੇ ਵਿੱਚ ਉਹ ਸਰਨਾਮਾ ਤੁਹਾਡਾ ਐਂਕਰਿੰਗ ਦੇ ਵਿੱਚ ਪੱਤਰਕਾਰਤਾ ਦੇ ਵਿੱਚ ਇੱਕ ਵੱਡਾ ਨਾਮ ਜੀ ਇਹ ਸ਼ੁਰੂਆਤ ਕਿਵੇਂ ਹੁੰਦੀ ਹੈ ਜੀ ਤੁਹਾਡੀ ਗੀਤਕਾਰੀ ਦੀ ਮੈਂ ਪਹਿਲਾਂ ਤਾਂ ਕਵਤਾਵਾਂ ਕਹਾਣੀਆਂ ਤੇ ਸੀ ਜੀ ਮੇਰੀਆਂ ਬਹੁਤਿਆ ਕਹਾਣੀਆਂ ਅਮਰਤਾ ਪ੍ਰੀਤਮ ਦੇ ਰਸਾਲੇ ਨਾਗਮਣੀ ਵਿੱਚ ਛਪੀਆਂ ਜੀ ਕਵਤਾਵਾਂ ਆਰਸੀ ਪ੍ਰੀਤ ਲੜੀ ਹੀਮਜੋਤੀ ਵਗੈਰਾ ਛਪਦੀਆਂ ਰਹੀਆਂ ਵੱਡੇ ਰਸਾਲੇ ਸੀ ਉਸ ਵਕਤ ਹਾਂਜੀ ਹਾਂਜੀ ਤੇ ਫਿਰ ਨਾਲ ਨਾਲ ਕੀ ਸੀ ਕਹਾਣੀਆਂ ਦੀ ਕਿਤਾਬ ਵੀ ਆਈ ਬਲਜਿੰਦਰ ਭਾਜੀ ਨੇ ਮੇਰੀ ਪਹਿਲੀ ਕੋਈ ਦਿਓ ਜਵਾਬ ਕਹਾਣੀਆਂ ਕਿਤਾਬ ਛਾਪੀ ਪਰ ਕੀ ਸੀ ਲੁਧਿਆਣੇ ਦਾ ਮਾਹੌਲ ਸੀ ਮੇਰੀ ਕਾਲਜ ਲਾਈਫ ਉੱਥੇ ਸੀ ਤੇ ਸਾਡੇ ਪਿੰਡਾਂ ਦੇ ਵਿੱਚ ਕਵੀਸ਼ਰ ਢਾਡੀ ਮਾਲਵੇ ਦੇ ਇਸ ਖਿੱਤੇ ਦੇ ਵਿੱਚ ਲੁਧਿਆਣਾ ਵਿੱਚ ਦੇਖੋ ਪੰਜਾਬੀ ਗਾਇਕੀ ਦਾ ਗੜ ਗੜਿਆ ਹੋਇਆ ਸੀਗਾ ਜੀ ਇਹਨਾਂ ਨਾਲ ਮੇਲਜੋਲ ਵੀ ਮੇਰਾ ਜਮਲਾ ਜੀ ਦੇ ਡੇਰੇ ਜਾ ਕੇ ਬਹਿ ਜਾਂਦਾ ਸੀਗਾ ਚੰਦੀराम ਕੋਲੋਂ ਤੁੰਬੀ ਸਿੱਖਣ ਗਿਆ ਤੇ ਉਹ ਸਾਰਾ ਨਰਿੰਦਰ ਵੀ ਬਾਹਰ ਚਰਨ ਕਰੇ ਵਾਲਾ ਉਹਨਾਂ ਦਾ ਮਾਹੌਲ ਦੇਖਿਆ ਤੇ ਇੱਕ ਜਿਹੜੇ ਕਿਸੇ ਤੇ ਚਿੱਠੇ ਪੜੇ ਬਾਪ ਨਾਲ ਮੇਲੇਾਂ 'ਚ ਜਾਂਦਾ ਰਿਹਾ ਉਹ ਸਾਰਾ ਕੁਝ ਮੇਰਾ ਖਿਆਲ ਹੈ ਮੈਂ ਆਏ ਕਿ ਨਾ ਹੋਣਾ ਵੀ ਜਿਵੇਂ ਪਹਾੜਾਂ ਦੇ ਵਿੱਚ ਨਾ ਮੀਂਹ ਦਾ ਪਾਣੀ ਇਕੱਠਾ ਹੋ ਜਾਂਦਾ ਉਹ ਫਿਰ ਕਿਤੇ ਵਿਰਲਾ-ਵਿਰਲਾ ਜਿੰਦੇ ਵਿੱਚ ਦੀ ਕਿਤੇ ਉਹ ਝਰਨਾ ਬਣ ਕੇ ਫੁੱਟਦਾ ਜੀ ਕਿ ਤੇ ਉਹ ਚਸ਼ਮਾ ਬਣ ਕੇ ਫੁੱਟਣਾ ਜ਼ਰੂਰ ਹੁੰਦਾ ਜੀ ਕਿ ਕਿਸੇ ਉਹ ਦਰਿਆ ਦਾ ਹਿੱਸਾ ਵੜ ਜਾਂਦਾ ਇਸ ਤਰ੍ਹਾਂ ਅਚੇਤ ਤੇ ਸੁਚੇਤ ਰੂਪ ਦੇ ਵਿੱਚ ਉਹ ਜਿਹੜਾ ਪਿੰਡੂ ਜਨਜੀਵਨ ਮਿਲਿਆ ਸਾਰਾ ਟਿੱਬਿਆਂ ਦਾ ਰੇਤਾ ਸਾਡਾ ਵੇਟ ਦਾ ਇਲਾਕਾ ਸੀ ਹਾਂਜੀ ਹਾਂ ਤੇ ਉਸ ਸਾਰੇ ਕਾਸੇ ਦੇ ਵਿੱਚੋਂ ਉਪਜਿਆ ਅੱਛਾ ਮੈਨੂੰ ਇਹ ਦੱਸੋ ਜਦੋਂ ਕੋਈ ਵੀ ਗੀਤ ਵਿਅਕਤੀ ਲਿਖਦਾ ਪਹਿਲਾਂ ਤਾਂ ਕਵਤਾ ਕਵਤਾ ਵਰਗੀ ਹੁੰਦਾ ਜੀ ਜਿੰਨੀ ਦੇਰ ਉਸ ਨੂੰ ਕੋਈ ਤਰਜ਼ ਨਹੀਂ ਮਿਲਦੀ ਜਿੰਨੀ ਦੇਰ ਉਸ ਨੂੰ ਸੰਗੀਤ ਨਹੀਂ ਮਿਲਦਾ ਸਭ ਤੋਂ ਪਹਿਲਾਂ ਗੀਤ ਤੁਹਾਡਾ ਫਿਰ ਕਿਸ ਨੇ ਰਿਕਾਰਡ ਕਰਾਇਆ ਮੇਰਾ ਦੋ ਗੀਤ ਨਾਲ ਨਾਲ ਜਈ ਹੋਏ ਮੈਂ ਗੀਤ ਲਿਖੀ ਜਾਂਦਾ ਸੀ ਪਰ ਐਸ ਬੱਬ ਨਹੀਂ ਸੀ ਬਣਦਾ ਇੱਕ ਤਾਂ ਸੁਰਿੰਦਰ ਸ਼ੰਧਾ ਕਰਵਾ ਰਿਆ ਸੀਗਾ ਲੋਕ ਗਾਥਾਂ ਅੱਛਾ ਉਹ ਕਹਿੰਦੇ ਲੋ ਜੀ ਪਹਿਲਾਂ ਮਾਣਕ ਨੇ ਗਾਤੀਆਂ ਸੀ ਹੁਣ ਛਿੰਦਿਆਂ ਨੇ ਗਾਤੀਆਂ ਤੇ ਹੁਣ ਕੋਈ ਲੋਕ ਗਾਥਾ ਨਹੀਂ ਬਜੀ ਅੱਛਾ ਜੀ ਮੈਂ ਕਿਹਾ ਜੀ ਇੱਕ ਬਚ ਗਈ ਕਿਹੜੀ ਜੀ ਉਹ ਕਹਿੰਦੇ ਕਿਹੜੀ ਮੈਂ ਕਿਹਾ ਜਾਨੀ ਚੋਰ ਹਾਂ ਉਹ ਕਹਿੰਦੇ ਫਿਰ ਜਿਹੜਾ ਬੋਲੇ ਉਹ ਹੀ ਕੁੰਡਾ ਖੋਲੇ ਹੁਣ ਜਾਨੀ ਚੋਰ ਤੂੰ ਲਿਖ ਕੇ ਦੇ ਅੱਛਾ ਜੀ ਸੋ ਉਹ ਰਚਨਾ ਮੇਰੀ ਪਹਿਲੀ ਸੀ ਪਰ ਮੈਂ ਉਹਨੂੰ ਕ੍ਰੀਏਟਿਵ ਰਚਨਾ ਨਹੀਂ ਮੰਨਦਾ ਕਿਉਂਕਿ ਉਹ ਕਿਸੇ ਤੇ ਆਧਾਰਿਤ ਸੀਗੀ ਹਮ ਤੇ ਕ੍ਰੀਏਟਿਵ ਰਚਨਾ ਮੇਰੀ ਆਈ ਆਪਣਾ ਸਰਦੂਲ ਸਿਕੰਦਰ ਦੀ ਆਵਾਜ਼ ਚ ਗਾਉਣ ਵਾਲਿਆਂ ਨੂੰ ਡਿਸਕੋ ਬੁਖਾਰ ਹੋ ਗਿਆ ਹੌਸਨਾ ਦੇ ਮਾਲਕ ਚ ਹਾਂ ਹੌਸਨਾ ਦੇ ਮਾਲਕ ਚ ਉਹ ਵੀ ਉਹਦੀ ਵਜ੍ਹਾ ਵੀ ਇਹ ਹੋਈ ਕਿ ਮੇਰਾ ਛੋਟਾ ਜਿਹਾ ਐਕਸੀਡੈਂਟ ਹੋ ਗਿਆ ਪਲਸਟਰ ਲੱਗ ਗਿਆ ਹੱਥ ਤੇ ਅੱਛਾ ਜੀ ਮੈਂ ਇਹਨਾਂ ਤੇ ਰੇਖਾ ਚਿੱਤਰ ਲੇਖ ਲਿਖਦਾ ਹੁੰਦਾ ਸੀ ਗਾਉਣ ਵਾਲਿਆਂ ਤੇ ਪੰਜਾਬੀ ਟ੍ਰਿਬਿਊਨ ਦੇ ਕਲਾਕਾਰਾਂ ਤੇ ਅਕਾਲੀ ਪੱਤਰ ਕਾ ਅਖਬਾਰ ਅੱਛਾ ਜੀ ਅਜੇ ਮੈਂ ਪੰਜਾਬੀ ਟ੍ਰਿਬਿਊਨ ਚ ਨਹੀਂ ਸੀ ਨਹੀਂ ਜੁਆਇਨ ਨਹੀਂ ਸੀ ਕੀਤਾ ਲੋਕ ਸੁਰਾਂ ਤੇ ਬੈਨਰ ਥੱਲੇ ਤੇ ਕੀ ਹੋਇਆ ਮੈਨੂੰ ਲੱਗਿਆ ਵੀ ਲੇਖ ਲਿਖਣਾ ਹੁਣ ਔਖਾ ਆ ਪਲਸਟਰ ਵੀ ਉਸੇ ਗੱਲ ਨੂੰ ਕਿਉਂਕਿ ਉਹਦੋਂ ਡਿਸਕੋ ਲੇਅਰ ਤਜੌਰ ਸੀ 나ਜ਼ੀਆ ਹਸਨ ਦਾ ਜ਼ੋਰ ਸੀ ਆਪ ਜੈਸਾ ਕੋਈ ਮੇਰੀ ਜ਼ਿੰਦਗੀ 'ਚ ਤੇ ਮੈਂ ਕਿਹਾ ਚਲੋ ਇਹਨੂੰ ਗੀਤ 'ਚ ਪਰੋ ਕੇ ਦੇਖਦੇ ਹਾਂ ਉਹ ਐਸਾ ਪਰੋ ਹੋ ਗਿਆ ਚੱਲੀ ਡਿਸਕੋ ਦੀ ਲੇਅਰ ਪੁੰਜੇ ਲੱਗਦੇ ਨਾ ਪੈਰ ਹੁਣ ਦਸਤੀ ਨਾ ਖੈਰ ਸਾਡਾ ਤੁੰਬਾ ਤਾ ਵਿਚਾਰਾ ਤਾਰ-ਤਾਰ ਹੋ ਗਿਆ ਗਾਉਣ ਵਾਲੇ ਨੂੰ ਬੁਖਾਰ ਬੁਖਾਰ ਹੋ ਗਿਆ ਚਾਦਰਿਆਂ ਨੂੰ ਛੱਡ ਛੰਦੇ ਜੀਨ ਨੂੰ ਸਵਾਲਿਆ ਲਾਕੇ ਪੱਗ ਮਾਨਕ ਨੇ ਸੂਟ-ਬੂਟ ਪਾ ਲਿਆ ਮਾਨ ਮਰ ਜਾਣਾ ਪਹਿਲਾਂ ਰਿਹਾ ਦਰਕਾਰ ਦਾ ਹੁਣ ਜਿੰਨਾ ਗਾਉਂਦਾ ਛਾਲਾ ਹੁੰਨੀ ਆ ਉਹਨੀਆਂ ਹੀ ਮਾਰਦਾ ਸਾਡਾ ਵਿਰਸਾ ਤਾਂ ਸਾਰਾ ਹੀ ਲੰ ਗਉਣ ਵਾਲਿਆਂ ਨੂੰ ਬਿਸਕੋ ਬੁਖਾਰ ਹੋ ਗਿਆ ਸੋ ਉਹ ਗੀਤ ਸਾਹਮਣੇ ਆਇਆ ਤਾਂ ਕਲਾਕਾਰ ਭਾਈਚਾਰੇ ਵੱਲੋਂ ਮੇਰੇ ਗੀਤਾਂ ਦੀ ਮੰਗ ਆਉਣ ਲੱਗ ਪਈ ਵੀ ਸਾਨੂੰ ਵੀ ਦੇ ਸਾਨੂੰ ਵੀ ਦੇ ਸੋ ਇਸ ਤਰ੍ਹਾਂ ਸ਼ੁਰੂਆਤ ਹੋ ਗਈ ਸ਼ੁਰੂਆਤ ਹੋ ਗਈ ਅਜਾ ਬਹੁਤ ਸਾਰੇ ਲੋਕ ਨੇ ਉਹਨਾਂ ਦਾ ਇੱਕ ਅਧਾ ਗੀਤ ਰਿਕਾਰਡ ਵੀ ਹੋ ਜਾਂਦਾ ਜੀ ਮੁੜ ਕੇ ਉਸ ਪਾਈ ਦਾ ਗੀਤ ਨਹੀਂ ਦਿੱਤਾ ਜਾਂਦਾ ਇਸ ਤਰ੍ਹਾਂ ਬਹੁਤ ਸਾਰੇ ਕਲਾਕਾਰ ਵੀ ਨੇ ਇੱਕ ਗੀਤ ਹਿੱਟ ਕਰ ਲੈਂਦੇ ਆ ਮੁੜ ਕੇ ਗਾਉਂਦੇ ਕਈ ਸਾਲ ਰਹਿੰਦੇ ਨੇ ਟੱਕਰਾਂ ਮਾਰਦੇ ਰਹਿੰਦੇ ਨੇ ਪਰ ਮੁੜ ਕੇ ਗੱਲ ਨਹੀਂ ਬਣਦੀ ਪਰ ਸੰਧੂ ਸ਼ਮਸ਼ੇਰ ਅੱਗੇ ਨੂੰ ਹੀ ਵਧਦਾ ਗਿਆ ਜੀ ਇਸ ਦੇ ਪਿੱਛੇ ਕੋਈ ਖਾਸ ਕਾਰਨ ਮੰਨਦੇ ਹੋ ਕਿਉਂਕਿ ਗੀਤ ਤਾਂ ਰੂਟੀਨ ਚ ਬੰਦਾ ਹਰ ਕੋਈ ਲਿਖਦੇ ਹਾਂਜੀ ਹਾਂਜੀ ਕੀ ਕਾਰਨ ਸੀ ਉਹਦੇ ਚ ਕੀ ਹੋਇਆ ਕਿ ਸਾਡੀ 9099 ਦੇ ਵਿੱਚ ਟੀਮ ਐਸੀ ਬਣ ਗਈ ਬੰਦ ਰੱਖਿਆ ਅੱਛਾ ਜੀ ਗਾਇਕ ਹਤਲ ਸ਼ਰਮਾ ਸੰਗੀਤਕਾਰ ਤੇ ਮੈਂ ਗੀਤਕਾਰ ਅਸੀਂ ਜਲਦੀ ਸਾਡਾ ਇਸ ਤਰ੍ਹਾਂ ਦਾ ਵੇਵ ਲੈਂਥ ਰਲ ਗਈ ਬਈ ਅਸੀਂ ਕਹਿੰਦੇ ਹੁੰਦੇ ਸੀਗੇ ਬਈ ਦੋ ਦਿਲ ਜਦ ਮਿਲਦੇ ਨੇ ਪੰਛੀ ਤਾਂ ਇੱਕੋ ਟਾ ਦਾ ਖੰਭ ਦੋਨੋਂ ਹੀ ਹਿਲਦੇ ਨੇ ਹਮ ਅਸੀਂ ਇੱਕ ਦੂਜੇ ਨੂੰ ਸ਼ੱਕ ਦੀ ਨਜ਼ਰ ਨਾਲ ਨਹੀਂ ਦੇਖਦੇ ਵਿਸ਼ਵਾਸ ਦੀ ਨਜ਼ਰਾਂ ਦੇਖਦੇ ਸੀ ਮੈਂ ਤੇ ਅਸੀਂ ਸਰਵਾ ਸਿਰ ਜੋੜ ਕੇ ਤੁਸੀਂ ਤੇ surjit ਹਾਂਜੀ ਅੱਛਾ ਮੈਂ ਤੇ ਅਤਰ ਸ਼ਰਵਾ ਸਿਰ ਜੋੜ ਕੇ ਅਸੀਂ ਤਰਜ਼ ਤੇ ਸੰਗੀਤ ਤਿਆਰ ਕਰ ਲੈਂਦੇ ਸੀਗੇ ਹਮ ਬਿੰਦਰ ਰਖੀਏ ਤੋਂ ਡੱਬ ਕਰਾ ਲੈਂਦੇ ਸੀ ਬਹੁਤ ਗਾਣੇ ਇਸ ਤਰ੍ਹਾਂ ਉਹਦਾ ਵੋਕਲ ਬਾਅਦ ਵਿੱਚ ਲੈਂਦੇ ਰਹੇ ਅੱਛਾ ਇਹ ਗੱਲ ਕਿੰਨੀ ਸੱਚਾਈ ਹੈ ਇਸ ਤੋਂ ਪਹਿਲਾਂ ਕਿ ਤੁਸੀਂ ਪੂਰਾ ਜਵਾਬ ਦਿਓ ਜੀ ਮੇਰੀ ਚੰਨੀ ਸ਼ਰਮਾ ਹੋਰੀ ਜਦੋਂ ਉੱਥੇ ਆਪਣੇ ਵਿਸਾਖੀ ਮੇਲਿਆਂ 'ਚ ਜਾਂਦੇ ਸੁਰਜੀਤ ਬਿੰਦਰ ਰਖੀਏ ਨਾਲ ਗੱਲਬਾਤ ਹੁੰਦੀ ਉਹਨਾਂ ਨੂੰ ਮੈਂ ਕਈ ਵਾਰੀ ਪੁੱਛਣਾ ਕਿ ਤੁਹਾਡੇ ਗੀਤਾਂ ਦੇ ਹਿੱਟ ਹੋਣ ਦਾ ਕਾਰਨ ਕੀ ਹੈ ਗੀਤ ਕਿਵੇਂ ਚੁਣਦੇ ਹੋ ਹਾਂਜੀ ਉਹ ਕਹਿੰਦੇ ਬਹੁਤੀ ਵਾਰੀ ਮੈਨੂੰ ਗੀਤ ਨਹੀਂ ਪਤਾ ਹੁੰਦਾ ਜੀ ਸੰਧੂ ਸਾਹਿਬ ਲਿਖ ਦਿੰਦੇ ਨੇ ਅਤਲ ਸ਼ਰਮਾ ਮਿਊਜ਼ਿਕ ਬਣਾ ਦਿੰਦੇ ਨੇ ਮੈਨੂੰ ਤਾਂ ਜਾ ਕੇ ਸਟੂਡੀਓ 'ਚ ਪਤਾ ਲੱਗਦਾ ਕਿ ਤੂੰ ਜਿਹੜਾ ਦੋ ਗੀਤ ਬਿੰਦਰ ਰਖੀਏ ਦੇ ਗਾਇਕੀ ਦੇ ਸਫਰ ਚ ਦੁਪੱਟਾ ਸਤ ਰੰਗ ਦਾ ਤੇ ਯਾਰ ਬੋਲਦਾ ਇਹ ਮੁਸ਼ਕਿਲ ਦੇ ਨਾਲ 20 25 ਮਿੰਟ ਅੱਧੇ ਘੰਟੇ ਦੇ ਵਿੱਚ ਦਬ ਹੋਏ ਹੋਏ ਫਾਈਨਲ ਹੋਏ ਹੋਏ ਆ ਅੱਛਾ ਜੀ ਮੈਨੂੰ ਯਾਦ ਆ ਕਿ ਯਾਰ ਬੋਲਦਾ ਗੀਤ surjeet program ਚ ਬਿਜ਼ੀ ਸੀ ਮੈਂ ਤੇ ਅਤਲ ਸ਼ਰਮਾ ਨੇ ਜੋਗੀ ਦੀ ਆਵਾਜ਼ ਵਿੱਚ ਜੋਗੀ ਦਾ ਨਾਮ ਹੀ ਅਸੀਂ ਜੁਗਿੰਦਰ ਰਖੀਏ ਪਾ ਲਿਆ ਅਸੀਂ ਅੱਛਾ ਜੀ ਜੋਗੀ ਦੀ ਆਵਾਜ਼ ਚ ਇਹਨੂੰ ਡੰਮੀ ਗਵਾ ਲਿਆ ਉਹ ਤੋਂ ਜਦੋਂ ਬਿੰਦਰ ਰਖੀਏ ਨੇ ਗਾਇਆ ਗਾਉਣ ਤੋਂ ਪਹਿਲਾਂ ਜਦੋਂ ਉਹਨੇ ਕਾਗਜ਼ ਦੇਖਿਆ ਤੇ ਉਧਰ 뮤직 ਟ੍ਰੈਕ ਲਾ ਦਿੱਤਾ ਗਿਆ ਤੇ ਉਹਨੂੰ ਮੈਨੂੰ ਯਾਦ ਆ ਉਹ ਫਿਕਰ ਉਹ ਕਹਿੰਦਾ ਭਾਈ ਜੀ ਕਮਾਲ ਕਰਤੀ ਇਹ ਇਹ ਕਦੋਂ ਲਿਖਿਆ ਅੱਛਾ ਇਹਦਾ ਮਤਲਬ ਉਹ ਕਾਗਜ਼ ਵੀ ਪਹਿਲੀ ਵਾਰ ਦੇਖ ਰਿਹਾ ਤੇ ਗੀਤ ਵੀ ਪਹਿਲੀ ਪਹਿਲੀ ਵਾਰ ਸੁਣ ਰਿਹਾ ਉਦੋਂ ਹੀ ਉਹਨੇ ਕਿਹਾ ਜ਼ਰਾ ਕੋ ਗੁਣ ਗੰਡਾਇਆ ਤੇ ਚਲੋ ਫਿਰ ਦੇਖਦੇ ਆਪਾਂ ਹਮ ਲਓ ਜੀ ਉਹ ਮਾਈਕ ਤੇ ਗਿਆ ਤੇ ਕੀ ਹੋਇਆ ਕਿ ਉਹ ਉਹਨੇ ਗਾਤਾ ਅੱਛਾ ਜੀ ਇੱਕ ਦੋ ਵਾਰ ਇੱਥੇ ਬਸ ਧੁਨ ਨੂੰ ਉਹਨੇ ਆਪ ਦੇ ਚਿਤਵਿਆ ਹਮ ਹਮ ਉਹਦੇ ਚੋਦੇ ਚ ਇੱਕ ਸੀ ਮੁਖ ਮੋਢਲੀ ਵਜਾ ਕਿ ਸਾਡੀ ਵੇਵ ਲੈਂਥੀ ਨਹੀਂ ਸਾਨੂੰ ਪਤਾ ਸੀ ਇੱਥੋਂ ਛੱਡਣਾ ਇੱਥੋਂ ਚੱਕਣਾ ਹਾਂ ਹਾਂ ਐ ਕਰਨਾ ਇੱਕ ਦੂਸਰੇ ਨੂੰ ਜਾਣਦੇ ਸੀ ਜਾਣਦੇ ਸੀ ਉਸ ਤੋਂ ਬਾਅਦ ਜਦੋਂ ਉਹ ਡੱਬ ਹੋ ਗਿਆ ਅਤਲ ਸ਼ਰਮਾ ਜੀ ਕਹਿੰਦੇ ਵੀ ਆਪਾਂ ਲਾਈਟਾਂ ਬੁਝਾ ਕੇ ਇੱਕ ਵਾਰ ਹਨੇਰੇ ਚ ਸੁਣ ਲਈਏ ਅੱਛਾ ਜੀ ਉਹ ਹਨੇਰੇ ਚ ਸੁਣਿਆ ਗਿਆ ਹਾਂ ਤੇ ਇਹ ਹੋਇਆ ਅਤਲ ਜੀ ਕਹਿੰਦੇ ਹੁਣ ਆਪਾਂ ਇਹਨੂੰ ਹਿਲਾਉਣਾ ਨਹੀਂ ਜੋ ਹੋ ਗਿਆ ਬਸ ਇਦਾਂ ਹੀ ਰੱਖਣਾ ਉਹ ਫਾਈਨਲੀ ਆ ਉਹੀ ਫਾਈਨਲ ਹੋਇਆ ਉਹੀ ਤੁਹਾਡੇ ਸਾਰਿਆਂ ਦੇ ਸਾਹਮਣੇ ਆ ਗਿਆ ਜਾ ਬਹੁਤ ਸਾਰੇ ਗੀਤਾਂ ਦੇ ਉੱਤੇ ਕਿੰਤੂ ਪਰੰਤੂ ਵੀ ਅਕਸਰ ਹੁੰਦਾ ਤੁਹਾਡੇ ਗੀਤਾਂ ਦੀ ਵੀ ਅਕਸਰ ਜ਼ਿਕਰ ਹੁੰਦਾ ਯਾਰ ਬੋਲ ਦੇ ਦਾ ਅਕਸਰ ਆ ਜਿਸ ਤਰ੍ਹਾਂ ਬਹੁਤ ਸਾਰੇ ਗੀਤਾਂ ਦਾ ਅੱਜ ਵੀ ਚਰਚਾ ਦੇ ਨਾਲ ਕੋ ਚਰਚਾ ਹੁੰਦੀ ਹੈ ਹਾਂਜੀ ਹਾਂਜੀ ਇੱਕ ਚਰਚਾ ਤੁਹਾਡੇ ਕੰਨੀ ਪੈਂਦੀ ਰਹੀ ਯਾਰ ਬੋਲ ਦਾ ਗੀਤ ਕਿਉਂ ਲਿਖਿਆ ਕਿਹਨੂੰ ਲਿਖਿਆ ਕਿਹਨੂੰ ਮੁਖਾਤਵ ਹੈ ਹੋਈ ਕਦੇ ਜਨਾਂ ਲਗਾਤਾਰ ਮੋੜ ਤੋਂ ਹੂੰ ਕੀ ਜਵਾਬ ਦਿੰਦੇ ਤੁਸੀਂ ਉਹਦੇ ਚ ਹਾਂ ਮੈਂ ਉਹੀ ਦੁਸਰਾ ਫੇਰ ਦੱਸਦਾ ਕਿ ਯਾਰ ਬੋਲਦਾ ਬਾਰੇ ਆਮ ਜਿਹੜਾ ਕਿਹਾ ਜਾਂਦਾ ਵੀ ਪਤੀ ਪਤਨੀ ਗੌਨ ਨੱਚਦੇ ਆ ਹਾਂ ਇੱਕ ਦੂਸਰੇ ਨੂੰ ਇੱਕ ਦੂਜੇ ਨੂੰ ਇਸ਼ਾਰਾ ਕਰਦੇ ਆ ਮੈਂ ਕਿਹਾ ਵੀ ਪੰਜਾਬੀਆਂ ਦਾ ਸੁਭਾਅ ਇਹ ਆ ਜਿਹੜਾ ਗੀਤ ਮਰਜ਼ੀ ਲਾ ਲਓ ਚਿੱਟੇ ਸੂਟ ਤੇ ਦਾਗ ਪੈ ਗਿਆ ਲਾ ਲਓ ਤੇਰੇ ਟਿੱਲੇ ਤੋਂ ਸੂਰਤ ਦਿਂਦੀ ਹੈ ਹੀਰ ਦੀ ਲਾ ਲਓ ਜੀ ਇਹਨਾਂ ਕੋਲੇ ਢਾਈ ਤੇ ਨੈਕਸ਼ਨ ਆ ਇਹਨਾਂ ਨੇ ਐਂ ਐਂ ਕਰਕੇ ਗੀਟਾ ਦੇਣਾ ਐਂ ਹੀ ਕਰਨਾ ਜੋ ਮਰਜ਼ੀ ਕਰ ਲਓ ਜਿਹੜਾ ਮਰਜ਼ੀ ਗਾ ਲਓ ਸਾਡੇ ਪੰਜਾਬੀਆਂ ਦਾ ਤਾਂ ਇਹ ਸੁਭਾਅ ਵੀ ਜੰਡ ਦੇ ਥੱਲੇ ਮਿਰਜਾ ਮਾਰਿਆ ਗਿਆ ਹਾਂ ਤੋ ਕਹਿੰਦੇ ਵੀ ਜੱਟ ਮੋਇਆ ਪਿਆ ਵੀ ਦਮਕਦਾ ਜਿਵੇਂ ਸੂਰਜ ਮਾਰੇ ਪਾ ਉਹਦੇ ਨਾਲ ਭੰਗੜਾ ਪੈ ਰਿਆ ਹਾਂ ਜੱਗਾ ਮਾਰੇਆ ਬੋੜ ਦੀ ਛਾਵੇਂ ਨੌ ਮਣ ਰੇਤ ਤੇ ਭਿੱਜ ਗਈ ਇੱਥੇ ਲੱਚਿਆ ਜਾ ਰਿਹਾ ਭੰਗੜਾ ਪੈ ਰਿਆ ਇਹ ਸਾਡੇ ਪੰਜਾਬੀਆਂ ਦਾ ਖਾਸਾ ਸਾਡਾ ਸੁਭਾਅ ਇਹ ਆ ਇਸ ਗੀਤ ਦੇ ਵਿਚਾਰੇ ਦੇ ਐਵੇਂ ਹਿੱਸੇ ਚ ਆ ਗਈ ਅੱਛਾ ਤੁਸੀਂ ਡੀਜੇ ਚੱਕ ਦੇਖ ਲਓ YouTube ਤੇ ਦੇਖ ਲਓ ਸਾਰੇ ਗੀਤਾਂ ਦੇ ਉੱਤੇ ਹੀ ਐਕਸ਼ਨ ਇਹ ਆ ਅੱਛਾ ਤੇ ਤੁਸੀਂ ਮੁਖਾਤਵ ਹੋ ਕੇ ਕਿਹਨੂੰ ਲਿਖਿਆ ਸੀ ਵੈਸੇ ਇਹ ਇਹ ਸਾਡੇ ਪਿੰਡ ਦਾ ਉਦੋਂ ਮੈਂ ਸੁਚੇਤ ਨਹੀਂ ਲਿਖਿਆ ਅੱਛਾ ਮੈਨੂੰ ਬਾਅਦ ਚ ਖਿਆਲ ਆਇਆ ਅਚੇਤ ਰੂਪ ਚ ਲਿਖਿਆ ਗਿਆ ਤੇ ਮੈਨੂੰ ਲੱਗਿਆ ਵੀ ਇਹ ਤਾਂ ਬੂਟਾ ਤਾਂਗੇ ਵਾਲਾ ਸੀ ਜਿਹੜਾ ਅੱਛਾ ਉਹਨੂੰ ਬੂਟਾ ਵੈਲੀ ਵੀ ਕਹਿੰਦੇ ਸੀ ਬੂਟਾ ਤਾਂਗੇ ਵਾਲਾ ਕਹਿੰਦੇ ਸੀ ਬੂਟਾ ਡੋਡਾ ਵੀ ਕਹਿੰਦੇ ਸੀ ਪਿੰਡ ਦਾ ਪਾਤਰ ਹੈ ਉਹਦੀ ਸਮੁੰਦਰੀ ਤਹਿਸੀਲ ਚ ਲਾਲਪੁਰ ਜ਼ਿਲ੍ਹੇ ਦੇ ਵਿੱਚ ਅਸੀਂ ਵੀ ਉਧਰੋਂ ਹੀ ਆਏ ਸੀ ਉਹ ਵੀ ਉਧਰੋਂ ਆਏ ਸੀ ਉਹ ਦੁਸ਼ਮਣੀ ਦੇ ਵਿੱਚ ਲੜਾਈ ਚ ਉਹਦੀ ਲੱਤ ਵੱਡੀ ਗਈ ਸੀ ਅੱਛਾ ਜੀ ਉਹਨੇ ਫਿਰ ਤਾਂਗਾ ਪਾ ਲਿਆ ਲੇਕਿਨ ਉਹ ਜ਼ਿੰਦਗੀ ਦੀਆਂ ਜਿੰਨੀਆਂ ਘਟਨਾਵਾਂ ਦੱਸਦਾ ਸੀਗਾ ਕਿ ਉਹਨੇ ਥਾਣੇਦਾਰ ਦੀ ਘੋੜੀ ਕੱਢ ਲਈ ਹੂੰ ਤੇ ਉਹ ਕਿਉਂਕਿ ਉਹ ਕਹਿੰਦਾ ਫਿਰ ਡਾਕੇ ਮਾਰਨੇ ਸੀਗੇ ਸਾਈਕਲ ਚੱਲ ਨਹੀਂ ਸੀ ਸਕਦਾ ਹੂੰ ਹੋਰ ਕੋਈ ਸਾਧਨ ਨਹੀਂ ਸੀ ਘੋੜੀ ਬਹੁਤ ਵਧੀ ਅਸੀਂ ਥਾਣੇਦਾਰ ਤੇ ਉਹ ਗੁੱਸਾ ਸੀ ਵੀ ਉਹਨੇ ਮੈਨੂੰ ਦੂਸਰਾ ਘੁੱਟਦਾ ਮਾਰਦਾ ਰਿਆ ਤੇ ਉਸ ਘੋੜੀ ਦੇ ਨਾਲ ਫਿਰ ਅਸੀਂ ਡਾਕੇ ਮਾਰਦੇ ਰਹੇ ਹੂੰ ਤੇ ਉਹਦੇ ਬਰਾਂਡੀ ਇੱਕ ਲੰਮੀ ਜਿਹੀ ਬਰਾਂਡੀ ਪਾਈ ਹੁੰਦੀ ਸੀ ਉਹਦੇ ਕੋਲੇ ਪਿਸਤੌਲ ਕੱਟਾ ਜਿਹਨੂੰ ਕਹਿੰਦੇ ਸਨ ਦੇਸੀ ਪਿਸਤੌਲ ਵੀ ਸੀ ਕਿਰਪਾਨ ਵੀ ਸੀ ਲੰਮੀ ਰਫਲ ਵੀ ਸੀ ਉਹ ਜਿਹੜੀਆਂ ਆਪਦੀਆਂ ਦੱਸਦਾ ਹੁੰਦਾ ਸੀ ਕਿ ਘਟਨਾਵਾਂ ਤੇ ਕਦੇ ਡਾਕਟਰ ਨਾਲ ਪੰਗਾ ਲੈ ਲਿਆ ਹੂੰ ਤੇ ਉਹ ਘੋੜੀ ਵੀ ਜਿਹੜੇ ਹੀਟ ਘੋੜਾ ਮੋਢੇ ਤੇ ਦੋ ਨਾਲ ਹੀ ਨਹੀਂ ਉਹ ਸ਼ਾਇਦ ਮੈਨੂੰ ਲੱਗਦਾ ਕਿ ਇਹ ਸੀ ਦੂਸਰਾ ਕੀ ਹੈ ਕਿ ਸਾਡੇ ਪੰਜਾਬੀ ਸੱਭਿਆਚਾਰ ਦੇ ਵਿੱਚ ਜਿਹੜੇ ਵੈਲੀ ਬਦਮਾਸ਼ ਸੀ ਨਾ ਜੀ ਇਹਨਾਂ ਦਾ ਇੱਕ ਹੋਰ ਬਹੁਤ ਚੰਗਾ ਪੱਖ ਸੀ ਇਹ ਅਮੀਰਾਂ ਨੂੰ ਲੁੱਟਦੇ ਸੀ ਤੇ ਗਰੀਬਾਂ ਨੂੰ ਵੰਡ ਦਿੰਦੇ ਸੀ ਹੂੰ ਇਹ ਜਿਵੇਂ ਜਿਉਣੀ ਮੋੜ ਦੀ ਗੱਲ ਕਰ ਲਓ ਸੋਚੇ ਸੂਰਮੇ ਦੀ ਕਰ ਲਓ ਜੱਗੇ ਡਾਕੂ ਦੀ ਕਰ ਲਓ ਹੈ ਜੀ ਸਾਡੇ ਰੋਬਨ ਰੋਡ ਸੀ ਹਾਂ ਬੂਟਾ ਇੱਕ ਇਲਾਕੇ ਦਾ ਅੱਛਾ ਜੀ ਡਾਕੂ ਸੀ ਜਾਂ ਵੈਲੀ ਸੀ ਇਹ ਇਹ ਇੱਕ ਤਰ੍ਹਾਂ ਨਾਲ ਜਣੀ ਮੈਨੂੰ ਇਹ ਲੋਕ ਨਾ ਚੰਗੇ ਲੱਗਦੇ ਸੀ 10 ਨੰਬਰੀ ਇਹਨੂੰ ਵੀ ਉਹ ਦੇਖੋ ਖਲਨਾਇਕ ਨੂੰ ਨਾਇਕ ਬਣਾਇਆ ਗਿਆ ਜੀ ਜੀ ਜਿਵੇਂ ਕਹ ਲੋ ਕਿ ਸ਼ੋਲੇ ਦੇ ਵਿੱਚ ਵੀਰੂ ਨੂੰ ਤੇ ਅਜੇ ਨੂੰ ਨਹੀਂ ਉਹਨਾਂ ਜਾਣਿਆ ਜਾਂਦਾ ਜਿੰਨਾ ਗੱਬਰ ਨੂੰ ਜਾਣਿਆ ਜਾਂਦਾ ਕੁੱਲ 72 ਗਾਇਕਾਂ ਨੇ ਗਾਇਕਾਂ ਨੇ ਤੇ ਗਾਇਕਾਂ ਮਨੇ ਤੁਹਾਡੇ ਗੀਤ ਗਾਏ ਆ ਮੇਰੇ ਗੀਤ ਗਾਏ ਆ ਅੱਛਾ ਜੀ ਅਨਰਾਧਾ ਪੋਟਵਾਲਾ ਆਸ਼ਾ ਬੌਸਲੇ ਤੋਂ ਲੈ ਕੇ ਨਰਿੰਦਰ ਵੀਰ ਬਾ ਗੁਲਸ਼ਨ ਕੋਮਲ ਕੁਲਦੀਪ ਮਾਨਕ ਗੁਰਦਾਸ ਮਾਨ ਹਾਂਸ ਰਾਜ ਤੋਂ ਲੈ ਕੇ ਯੁਧਵੀਰ ਮਾਨਕ ਤੱਕ ਤੇ 72 ਗਾਇਕਾਂ ਨੇ ਗਾਇਆ 500 ਗੀਤ ਟੋਟਲ ਹੋਏ ਆ ਜੀਦੇ 100 ਗੀਤ 154 ਗੀਤ ਕੱਲੇ ਬੰਦ ਰੱਖੀ ਨੇ ਗਾਏ ਵਾਹ ਸੰਧੂ ਸਾਹਿਬ ਬਹੁਤ ਸਾਰੇ ਗੀਤਕਾਰ ਗੀਤ ਲਿਖਦੇ ਆ ਚੰਗਾ ਵੀ ਲਿਖਦੇ ਆ ਜੀ ਉਹ ਦੱਸਦੇ ਆ ਕਿ ਸਾਨੂੰ ਕਾਪੀਆਂ ਲੈ ਕੇ ਬਹੁਤ ਸਾਰੇ ਕਲਾਕਾਰਾਂ ਦੇ ਚੁਬਾਰੇ ਚੜ੍ਹਨਾ ਪੈਂਦਾ ਸੀ ਇਹ ਨੌਬਤਾਈ ਕਦੇ ਜਾਣਾ ਇਹ ਕੁਦਰਤੀ ਮੇਰੇ ਹਿੱਸੇ ਨਹੀਂ ਆਈ ਹਮ ਹਮ ਇੱਕ ਤਾਂ ਮੈਂ ਉਹ ਸੀ ਬਈ ਪੰਜਾਬੀ ਟਰਬਿਊਨ ਅਲੀ ਪੂਛ ਲੱਗੀ ਹੋਈ ਸੀ ਜੀ ਜੀ ਦੂਜਾ ਸਹਿਤਕਰੇ ਵਾਲੀ ਪੂਛ ਲੱਗੀ ਹੋਈ ਸੀ ਇਹਨਾਂ ਦੀ ਕਵਰੇਜ ਮੈਂ ਨੇ ਕਰਦਾ ਸੀ ਇਹ ਮੈਥੋਂ ਜਿਹੜੇ ਪਹਿਲੀਆਂ ਪੀੜ੍ਹੀਆਂ ਦੇ ਸਿੰਗਰ ਸੀ ਮੈਂ ਨੌ ਪੀੜ੍ਹੀਆਂ ਨੂੰ ਇਹਨਾਂ ਨੇੜੇ ਹੰਡਾਇਆ ਜਸਵੰਤ ਭਮਰਾ ਢਾਡੀ ਦਦਾਰ ਸਿੰਘ ਰਟੈਂਡਾ ਢਾਡੀ ਅਮਰ ਸਿੰਘ ਸ਼ੌਂਕੀ ਸੋਹਣ ਸਿੰਘ ਸੀਤਲ ਤੋਂ ਲੈ ਕੇ ਉਹਦਾ ਕਰਕੇ ਮੈਨੂੰ ਉਹ ਨਹੀਂ ਕਰਨਾ ਪਿਆ ਦੂਜੀ ਗੱਲ ਉਹ ਛੇਤੀ ਸੂਤ ਲੱਗ ਗਿਆ ਵੀ ਗੀਤ ਚੱਲ ਨਿਕਲੇ ਜੇ ਗੀਤ ਚੱਲਦੇ ਨਾ ਤਾਂ ਸ਼ਾਇਦ ਕਰਨਾ ਪੈਂਦਾ ਪਰ ਇਹਦੇ ਨਾਲ ਇਹ ਹੈ ਕਿ ਬਹੁਤੇ ਗਾਇਕ ਮੈਥੋਂ ਮੰਗਦੇ ਰਹੇ ਲੇਕਿਨ ਇਹਦੇ ਨਾਲ ਨਾਲ ਐਸੀ ਵੀ ਕੋਈ ਗੱਲ ਨਹੀਂ ਹੈ ਮਤਲਬ ਮੇਰੀ ਤਮੰਨਾ ਸੀ ਵੀ ਮਾਨਕ ਮੇਰਾ ਗੀਤ ਗਾਵੇ ਨਹੀਂ ਗਾਹੋ ਮੇਰੀ ਤਮੰਨਾ ਸੀ ਕਿ ਮਾਨਕ ਨੇ ਗਾਤੇ ਅੱਛਾ ਜੀ ਹਾਂਜੀ ਇੱਕ ਸੁਰਜੀਤਪ੍ਰਿੰਦਰ ਖਿਆ ਤੇ ਮਾਨਕ ਦਾ ਇੱਕ ਗੀਤ ਜੱਟ ਯੋਧੇ ਫਿਲਮ ਚ ਆਇਆ ਸੀਗਾ ਇੱਕੋ ਵਾਰ ਉਹਨਾਂ ਦੇ ਇਕੱਠੇ ਹੋਏ ਉਸ ਤੋਂ ਬਿਨਾ ਉਹਨੇ ਚਾਰ ਪੰਜ ਮੇਰੇ ਗੀਤ ਗਾਏ ਐਚਐਮਬੀ ਚ ਆਇਸੀ ਤੇ ਮੇਰੀ ਤਮੰਨਾ ਸੀ ਕਿ ਸਰਿੰਦਰ ਕੌਰ ਅਲੀ ਮੋਹਰ ਵੀ ਲੱਗ ਜੇ ਅੱਛਾ ਸੋ ਬਾਏ ਚਾਂਸ ਸਰਿੰਦਰ ਕੌਰ ਦੀ ਜ਼ਿੰਦਗੀ ਦੀ ਆਖਰੀ ਕੈਸਟ ਸੀ ਜਿਹੜੀ ਅੱਛਾ ਜੀ 55 ਸਾਲ ਦੀ ਉਹਦੀ ਗਾਇਕੀ ਸੀ ਉਹਦਾ ਨਾਸੀ ਸ਼ਰ ਚਾਂਜਰ ਦੀ ਸ਼ੰਕਾਰ ਅੱਛਾ ਜੀ ਉਹਦੇ ਚ ਦੋ ਗੀਤ ਮੇਰੇ ਉਹਨੇ ਗਾਏ ਇੱਕ ਇੱਕ ਗੀਤ ਕਾਫੀ ਸੰਜੀਦਾ ਲਿਆ ਗਿਆ ਉਹਦਾ ਨੋਟਿਸ ਉਹ ਸੀ ਵੀ ਪਿਪਲਾਂ ਦੀ ਠੰਡੀ ਠੰਡੀ ਛਾਂ ਵਰਗੀ ਸੱਸ ਮੇਰੀ ਲੱਗੇ ਮੈਨੂੰ ਮਾਂ ਵਰਗੀ ਤੇ ਇਸ ਉਹ ਕੀ ਹੋਇਆ ਵੀ ਆਪਣਾ ਹੁਣ ਪਾਕਿਸਤਾਨ ਵਾਲਿਆਂ ਨੇ ਮੇਰੇ ਕੁਝ ਗੀਤ ਕਿਹੜੇ ਉਹਨਾਂ ਨੇ ਕਿਹਾ ਕੋਈ ਪ੍ਰੋਡਿਊਸਰ ਆ ਕੰਪਨੀ ਵਾਲਾ ਅੱਛਾ ਜੀ ਉਹਨੇ ਕਿਹਾ ਸੀ ਚਾਹੁੰਦੇ ਆ ਵੀ ਆਪ ਦੇ ਕਲਾਕਾਰਾਂ ਤੋਂ ਤੁਹਾਡੇ ਚੋਣਵੇਂ ਗੀਤ ਗਾ ਲਈਏ ਦੱਸੋ ਮੈਂ ਕਿਹਾ ਜੀ ਸਾਧਕੇ ਗਾਓ ਕਹਿੰਦੇ ਜੀ ਕੋਈ ਦੱਸੋ ਆਪਣਾ ਹਸਾਬਕਤਾ ਮੈਂ ਕਿਹਾ ਕੋਈ ਹਸਾਬਕਤਾ ਉਹਨੇ ਸਾਡੇ ਲਈ ਖੁਸ਼ੀ ਦੀ ਗੱਲ ਆ ਤੇ ਉਹ ਕਹਿੰਦਾ ਜੀ ਐਨਓਸੀ ਭੇਜ ਦਿਓ ਮੈਂ ਕਿਹਾ ਜੀ ਵਾਰਡਿੰਗ ਦੱਸ ਤੋ ਮੈਂ ਸੱਦ ਦੱਸ ਕੇ ਕਰ ਦੇਣਾ ਤੇ ਫਿਰ ਉਹਦਾ ਮੈਨੂੰ ਆਖਰੀ ਸ਼ਬਦ ਯਾਦ ਆ ਉਹਨਾਂ ਦੀ ਆਪਦੀ ਉਸ ਅੰਦਾਜ਼ 'ਚ ਕਹਿੰਦਾ ਫਿਰ ਚੱਲੋ ਐਨਓਸੀ ਦੀ ਵੀ ਲੋੜ ਹੈ ਮਰਦਾਂ ਦੀ ਤੇ ਜ਼ੁਬਾਨ ਹੀ ਕਾਫੀ ਹੁੰਦੀ ਹੈ ਵਾਹ ਅੱਛਾ ਹੁਣੇ ਤੁਸੀਂ ਗੱਲ ਕੀਤੀ ਹੈ ਕਿ ਲੈਣ ਦੇਣ ਅੱਜ ਬਹੁਤ ਸਾਰੇ ਗੀਤਕਾਰ ਦੱਸਦੇ ਆ ਕਿ ਮੈਂ ਤਾਂ ਜੀ 2.5 ਲੱਖ ਲੈਣਾ ਮੈਂ ਤਾਂ ਜੀ 5 ਲੱਖ ਲੈਣਾ ਇੱਕ ਨੇ ਅਫਵਾਹ ਫਲਾਤੀ ਜੀ ਮੈਂ ਇੱਕ ਗੀਤ ਦਾ ਕਰੋੜ ਰੁਪਈ ਤੁਸੀਂ ਕਮਰਸ਼ੀਅਲ ਰਹੇ ਹੋ ਹਮੇਸ਼ਾ ਹਾਂਜੀ ਕਿੰਨੇ ਕ ਪੈਸੇ ਬਣੇ ਜੀ ਕਿੰਨੇ ਕ ਪੈਸੇ ਲੈ ਲੈਂਦੇ ਸੀ ਕੀਤੇ ਮੇਰੇ ਕੋਈ ਤਾਂ ਨਹੀਂ ਤਾਂ ਇਹ ਹੁੰਦਾ ਸੀ ਕਿ ਵੀ ਗਾਇਕ ਜੀ ਦੇਣ ਯੋਗ ਨਹੀਂ ਹੈ ਤਾਂ ਉਹਦੇ ਨਾਲ ਵੈਸੇ ਭਾਈਚਾਰਾ ਅੱਛਾ ਬਹੁਤ ਸਾਰੀਆਂ ਇਦਨੀਆਂ ਧਰਨ ਹੈਗੀਆਂ ਜਿੰਨਾ ਤੋਂ ਮੈਂ ਪੰਜ ਪੈਸੇ ਵੀ ਨਹੀਂ ਲਏ ਤੇ ਜੇ ਕੋਈ ਦੂਸਰਾ ਦਿੰਦਾ ਸੀ ਖੁਸ਼ ਹੋ ਕੇ ਤਾਂ ਮੋੜੇ ਜਿਵੇਂ ਕਤੇ ਉਹ ਹੋਇਆ ਵੀ ਕਿਤੇ 500 ਮਿਲ ਗਿਆ ਪਹਿਲੀ ਵਾਰ ਮੈਨੂੰ ਯਾਦ ਆ ਫਾਈਨਡੋਂ ਕੰਪਨੀ ਵਾਲੇ ਨੇ ਕਹਿੰਦੇ ਅਸੀਂ ਚਾਹੁੰਦੇ ਆ ਗਾਇਕ ਲੈਂਦਾ ਸੰਗੀਤ ਕਰ ਲੈਂਦਾ ਸਟੂਡੀਓ ਵਾਲੇ ਲੈਂਦੇ ਢੋਲਗੀ ਵਜਾਉਣ ਵਾਲੇ ਵੀ ਲੈਂਦਾ ਤੇ ਰਾਈਟਰ ਦੇ ਵੀ ਬਣਦੇ ਆ ਉਹਨਾਂ ਨੇ ਇੱਕ ਵਾਰ ਦੋ ਤਿੰਨ ਗੀਤਾਂ ਦਾ ਮੈਨੂੰ 200 ਰੁਪਏ ਦਿੱਤਾ ਸੀਗਾ ਅੱਛਾ ਜੀ ਤੇ ਫੇਰ ਕੀ ਹੋਇਆ ਇਸੇ ਤਰ੍ਹਾਂ ਹੀ ਆਪਣਾ ਫਿਰ 5000 ਦੇ ਵੀ ਚਲੇ ਗਿਆ ਸੀਗਾ ਅੱਛਾ ਜੀ ਮੈਕਸਿਮਮ ਜਿਹੜੀ ਪੇਮੈਂਟ ਮੈਨੂੰ ਹੋਈ ਆ ਉਹ ਹੰਸ ਰਾਜ ਨੇ 22000 ਕੀ ਦਾ ਦੇਤਾ ਸੀਗਾ ਬਸ 20000 ਤੱਕ ਮੈਂ ਤਾਂ ਅਸਾਂ ਕਿਹਾ ਅੱਛਾ 8.5 ਲੱਖ ਜਾਂ ਕਰੋੜ ਰੁਪਈਆ ਵਾਲੀ ਗੱਲ ਨਹੀਂ ਕਿਤੇ ਨਹੀਂ ਅੱਛਾ ਹੁਣ ਇਹ ਦੱਸੋ ਜਿਸ ਤਰ੍ਹਾਂ ਹੁਣ ਤੁਸੀਂ ਪਾਕਿਸਤਾਨੀ ਗੀਤਾਂ ਦੀ ਗੱਲ ਕੀਤੀ ਹੈ ਕਈ ਵਾਰੀ ਅਸੀਂ ਗੀਤ ਲਾਉਣਾ ਮਾਂ ਮੈਂ ਮੁੜਨੀ ਪੇਕੇ ਆਉਣਾ ਪੇਕੇ ਹੁੰਦੇ ਮਾਮਾ ਨਾਲ ਕਈ ਲੋਕਾਂ ਨੇ ਇਤਰਾਜ਼ ਕਰਨਾ ਸੰਧੂ ਸਾਹਿਬ ਨੂੰ ਪੁੱਛਿਓ ਜਾਰੇ ਤੇ ਇਹ ਗੀਤ ਪਾਕਿਸਤਾਨੀ ਨੇ ਇਸ ਗੱਲ ਚ ਕਿੰਨੀ ਸੱਚਾਈ ਹੈ ਵਧੀਆ ਗੱਲ ਆ ਸਕ ਮੈਂ ਇਹ ਪਹਿਲੀ ਵਾਰ ਬੋਲ ਕੇ ਕਿਸੇ ਇੰਟਰਵਿਊ ਚ ਕਹਿ ਰਿਹਾ ਜੀ ਜੀ ਮੈਨੂੰ ਕਿਸੇ ਨੇ ਦੱਸਿਆ ਕਿ ਰਾਜਸਥਾਨ ਦੇ ਵਿੱਚ ਆਪਣਾ ਅਕਰਮ ਰਾਹੀ ਪਾਕਿਸਤਾਨ ਵਾਲਾ درست ਤੇ ਵੀ ਉਹਨੇ ਸਟੇਜ ਤੇ ਇਹ ਕਿਹਾ ਵੀ ਮੈਂ ਉਹ ਗੀਤ ਸੁਣਾਉਣ ਲੱਗਿਆ ਜੀ ਨੂੰ ਇਧਰ ਕਿਸੇ ਗਾਇਕ ਨੇ ਵੀ ਤੋੜ ਮੋੜ ਕੇ ਗਾ ਲਿਆ ਅੱਛਾ ਜੀ ਇਹ ਜਦੋਂ ਮੈਨੂੰ ਪਹਿਲਾਂ ਕਿਤੇ ਪਤਾ ਲੱਗਿਆ ਸੀਗਾ ਮੈਂ ਉਹ ਤੋਂ ਅਕਰਮ ਰਾਹੀ ਨੂੰ ਮਿਲਣਾ ਚਾਹੁੰਦਾ ਸੀ ਇੱਕ ਵਾਰ ਜਲੰਧਰ ਆਇਆ ਸੀਗਾ ਮੈਂ 18 ਸੈਕਟਰ 3 ਸੀਰੀਜ਼ ਵਾਲਿਆਂ ਨੂੰ ਪੁੱਛਿਆ ਵੀ ਯਾਰ ਕੱਢ ਕੇ ਦੱਸਿਓ ਵੀ ਮੇਰੇ ਕੋਲ ਅਕਰਮ ਰਾਹੀ ਦੀ ਕੈਸਟ ਤਾਂ ਹੈਗੀ ਆ ਅੱਛਾ ਜੀ ਆਪਣੀ ਜਿਹੜੀ ਕੈਸਟ ਜਿਹੇ ਗੀਤ ਆਇਆ ਸੀਗਾ ਇਹੀ ਇਹ ਤੇ ਸਨ ਪਿਆ ਹੁੰਦਾ ਹਰੇਕ ਦੇ ਉੱਤੇ ਬਿਲਕੁਲ ਲਿਖਾ ਹੁੰਦਾ ਉਹ 2 ਸਾਲ ਦਾ ਫਰਕ ਸੀ 2 ਸਾਲ ਪਹਿਲਾਂ ਮੇਰੇ ਵਾਲਾ ਗੀਤ ਆਇਆ ਹੋਇਆ ਅਕਰਮ ਰਾਹੀ ਦਾ ਗੀਤ 2 ਸਾਲ ਬਾਅਦ ਆਉਂਦਾ ਉਹ ਕੈਸਟਾਂ ਦੇ ਉੱਤੇ ਜਾਂ ਹੁਣ ਤਾਂ YouTube ਤੋਂ ਵੀ ਕੱਢ ਕੇ ਦੇਖਿਆ ਜਾ ਸਕਦਾ ਵੱਡਾ ਸਬੂਤ ਜੀ ਜੀ ਦੂਸਰੀ ਗੱਲ ਫਿਰ ਮੈਂ ਅਕਰਮ ਰਾਹੀ ਨੂੰ ਉਹਦੇ ਉੱਤੇ ਪਾਤਾ ਗੀਤ ਦੇ ਉੱਤੇ ਵੇਰਵਾ ਇਹ ਅੱਛਾ ਜੀ ਮੈਂ ਕਿਹਾ ਵੀ ਜੀ ਸਦਕੇ ਗੀਤ ਗਾਓ ਮੈਨੂੰ ਤਾਂ ਸੁਣਾਉ ਲਾ ਹੁਣਾਂ ਨੇ ਸਾਡੇ ਮਿੱਤਰਾਂ ਨੇ ਪਾਕਿਸਤਾਨ ਤੋਂ ਦੱਸਤਾ ਸੀ ਕਿ ਬਿੰਦ ਰਖੀ ਵਾਲਾ ਗੀਤ ਆ ਕਰਮਰਾਹੀ ਨੇ ਗਾਇਆ ਪਰ ਉਹ ਹੱਕ ਦਾ ਜੋਰ ਜਿਹੜਾ ਜਿਸ ਤਰ੍ਹਾਂ ਖੁੱਬ ਕੇ ਤੇ ਡੁੱਬ ਕੇ ਬਿੰਦ ਰਖੀ ਨੇ ਗਾਇਆ ਸੀ ਕਰਮਰਾਹੀ ਤੋਂ ਗੱਲ ਬਣੀ ਨਹੀਂ ਤੇ ਇੱਕ ਕੁੜੀ ਨੇ ਉਹ ਵੀ ਗਾਇਆ ਵੀ ਯਾਰ ਬੋਲਦਾ ਦਾ ਵੀ ਜਵਾਬ ਦਿੱਤਾ ਹਾਂ ਮੇਰੇ ਚ ਮੇਰਾ ਯਾਰ ਬੋਲਦਾ ਉਹ ਤੋਂ ਵੀ ਗੱਲ ਬਣੀ ਨਹੀਂ ਜੀ ਤੇ ਉਹ ਮੈਂ ਕਰਮਰਾਹੀ ਨੂੰ ਕਿਹਾ ਵੀ ਦੁੱਖ ਕੋਈ ਨਹੀਂ ਅਫਸੋਸ ਕੋਈ ਨਹੀਂ ਤੇ ਵੀ ਤੁਹਾਡਾ ਐ ਸੰਚ ਆਇਆ ਸੀ ਮੇਰਾ ਐ ਸੰਚ ਆਇਆ ਸੀਗਾ ਤੇ ਵੀ ਤੁਸੀਂ ਐ ਕਹਨੂ ਦੂਸਰਾ ਕਰਦੇ ਹੋ ਹੂੰ ਹੂੰ ਆਪਾਂ ਯਾਰ ਦੋਸਤੀਆਂ ਭਰਾਈਆਂ ਬਿਲਕੁਲ ਤਾਂ ਉਹਦੇ 'ਚ ਤੁਸੀਂ ਅਗਰਮ ਰਹੀ ਦਾ ਜਵਾਬ ਪੜ ਸਕਦੇ ਹੋ ਅੱਛਾ ਜੀ ਉਹ ਕਹਿੰਦਾ ਜੀ ਵੀ ਗੀਤ ਤਾਂ ਮੇਰਾ ਪਹਿਲਾਂ ਰਿਕਾਰਡ ਹੋ ਗਿਆ ਸੀ ਅਸਲ 'ਚ ਰਿਲੀਜ਼ ਹੋਣ ਵਿੱਚ ਦੇਰ ਲੱਗੀ ਸੀ ਅੱਛਾ ਹੁਣ ਤੁਸੀਂ ਦੇਖ ਲਓ ਫਿਰ ਕੀ ਸੱਚ ਹੈ ਕੀ ਝੂਠ ਅੱਛਾ ਹੁਣ ਜੇ ਅਗਰਮ ਰਹੀ ਮੰਨ ਗਿਆ ਹਾਂ ਹਾਂ ਕਿ ਹਾਂ ਵੀ ਮੇਰਾ ਬਾਦਚਾ ਆਇਆ ਗੀਤ ਰਿਕਾਰਡ ਪਹਿਲਾਂ ਹੋ ਗਿਆ ਸੀ ਰਿਲੀਜ਼ ਬਾਅਦ 'ਚ ਅੱਛਾ ਸੰਤੂ ਸਾਹਿਬ ਬਹੁਤ ਸਾਰੇ ਲੋਕ ਨੇ ਉਹ ਗੀਤ ਰਿਕਾਰਡ ਕਰਾਉਂਦੇ ਆ ਜਿਸ ਤਰ੍ਹਾਂ ਤੁਸੀਂ ਦੱਸ ਰਹੇ ਹੋ ਕਿ ਕਿਸ ਦਾ ਬਾਅਦ 'ਚ ਆ ਗਿਆ ਕਿਸ ਦਾ ਪਹਿਲਾਂ ਆ ਗਿਆ ਜਦੋਂ ਇਸ ਤਰ੍ਹਾਂ ਕਿਤੇ ਹੋ ਜਾਂਦਾ ਆ ਤੁਹਾਡੇ ਤਾਂ ਵੱਡਾ ਨਾਂ ਸੀ ਤੁਹਾਡੇ ਗੀਤ ਵੀ ਕਿਤੇ ਇੱਧਰ ਉੱਧਰ ਖਿਸਕਦੇ ਰਹੇ ਜਾਂ ਕਈ ਵਾਰੀ ਮੈਂ ਇਹ ਵੀ ਵੇਖਿਆ ਜਦ ਕੋਈ ਗੀਤਕਾਰ ਚੱਲਦਾ ਹੋਵੇ ਦਰਅਸਲ ਉਹਦਾ ਗੀਤ ਵੀ ਨਹੀਂ ਹੁੰਦਾ ਆ ਕਿਉਂਕਿ ਪਹਿਲਾਂ ਪਹਿਲ ਜਿਨ੍ਹਾਂ ਵੇਲੇ ਤੁਸੀਂ ਹਿੱਟ ਸੁਪਰ ਹਿੱਟ ਹੋਏ ਪਹਿਲਾਂ ਟੇਪ ਖਰੀਦਣ ਤੋਂ ਪਹਿਲਾਂ ਗੀਤਕਾਰਾਂ ਦੇ ਨਾਂ ਪੜਦੇ ਹੁੰਦੇ ਸੀ ਕਿਹਦੇ ਕਿਹਦੇ ਗੀਤ ਨੇ ਤੇ ਟੇਪ ਤੇ 20 ਰੁਪਏ ਲਾ ਦਾਂਗੇ ਇੰਜ ਵੀ ਹੋਇਆ ਕਦੇ ਤੁਹਾਨੂੰ ਬਾਅਦ ਚ ਪਤਾ ਲੱਗਾ ਯਾਰ ਇਹ ਗੀਤ ਮੇਰਾ ਹੈ ਨਹੀਂ ਲਿਖਿਆ ਸਮਿਸ਼ੇ ਸੰਦੂ ਹੋਇਆ ਤੇ ਹੋਇਆ ਕਦੇ ਇਸ ਤਰ੍ਹਾਂ ਤਾਂ ਨਹੀਂ ਹੋਇਆ ਪਰ ਹੋਰ ਹੋਇਆ ਵੀ ਜਦੋਂ ਮੇਰੇ ਗੀਤ ਕਿ ਗਾਇਕਾ ਨੇ ਕੁਝ ਤਬਦੀਲੀ ਕਰਕੇ ਗਾਏ ਅੱਛਾ ਜੀ ਤੇ ਰਾਈਟਰ ਨੇ ਕਹ ਲੋ ਜਾਂ ਗਾਇਕ ਨੇ ਤਾਂ ਮੈਂ ਉਹਦਾ ਗੁਰਾ ਨਹੀਂ ਬਣਾਇਆ ਮੈਂ ਕਿਹਾ ਕੋਈ ਗੱਲ ਨਹੀਂ ਜੇ ਦੂਸਰਾ ਇੱਕ ਦੀਵਾ ਬਲ ਰਿਹਾ ਇਹ ਤੋਂ ਜੇ ਹੋਰ ਕੋਈ ਦੀਵਾ ਬਲ ਗਿਆ ਤੇ ਚੀਜ਼ਾਦ ਕੇ ਕੋਈ ਹਰਜ ਵਾਲੀ ਗੱਲ ਨਹੀਂ ਤਬਦੀਲੀ ਤੋਂ ਸਿੱਧੂ ਤੁਹਾਡੀਆਂ ਲਾਈਨਾਂ ਚੁੱਕ ਕੇ ਜੀ ਬਲਕਾਰ ਸਿੱਧੂ ਨੇ ਜਿਵੇਂ ਮੱਝ ਦੀ ਮੋਮਬਤੀਏ ਅੱਛਾ ਤੇ ਆਪ ਹੀ ਕਹੀ ਤੁਸੀਂ ਮੰਦਾ ਇਹ ਪਹਿਲਾਂ ਸਰਬਜੀਤ ਕੋਕੇ ਵਾਲੀ ਨੇ ਗਾਇਆ ਸੀ ਹੂੰ ਫਿਰ ਵੈਰੀ ਸ਼ਾਦ ਦੀ ਫਿਲਮ ਵਿੱਚ ਸਰਿੰਦਰ ਛਿੰਦੇ ਤੇ ਆਪਣਾ ਸਭ ਦਾ ਸੁਮਨ ਗਾਇਆ ਸੀ ਹੂੰ ਹੂੰ ਤੀਜੀ ਵਾਰ ਇਹਨੇ ਗਾਇਆ ਬਸ ਇਨਾ ਕੇ ਫਰਕ ਆ ਵੀ ਸਦੂਪਤ ਸਰਦਾਰ ਦੇ ਸਾਦੇ ਸਦੂਪਤ ਸਰਦਾਰ ਦਾ ਹੋ ਗਿਆ ਅੱਛਾ ਜੀ ਇਸ ਤਰ੍ਹਾਂ ਕੈਂਡੋਵਾਲ ਨੇ ਮੇਰਾ ਗੀਤ ਸੀਗਾ ਬਿੰਦ ਰਖੀ ਤੇ ਦਿਲਸ਼ਾਦ ਦੋਹਾਂ ਦੀ ਆਵਾਜ਼ ਆਇਆ ਸੀ ਮੇਰਾ ਗੁਰਮਿੰਦਰ ਕੈਂਡੋਵਾਲ ਦੀ ਗੱਲ ਕਰਦੇ ਹੋ ਹਾਂ ਨਛੱਤਰ ਗਿਲ ਤੋਂ ਗਾਇਆ ਸੀ ਅੱਛਾ ਜੀ ਗੀਤ ਸੀ ਕਿ ਸਾਰੇ ਪਿੰਡ ਦਾ ਬਰਾਂਡ ਕਢਾਇਆ ਨਹੀਂ ਇੱਕ ਤੇਰੇ ਨਖਰੇ ਨੇ ਬਿਲਕੁਲ ਤੇ ਉਹ ਦਲਸ਼ਾਦ ਤੇਵਿੰਦਰ ਖੇਤ ਕਿੰਨੇ ਸਾਲ ਪਹਿਲਾਂ ਆਇਆ ਹੋਇਆ ਤੇ ਹੁਣ ਕੈਂਡੋ ਵਾਲਾ ਵੀ ਆਪਣਾ ਆੜੀ ਆ ਨਛੱਤਰ ਗਿਲ ਵੀ ਆੜੀ ਆ ਤਾਂ ਹੀ ਘਰ ਦੀ ਗੱਲ ਅਜੇ ਕਦੇ ਗਿਲਾ ਨਹੀਂ ਕਰਦੇ ਉਹਨਾਂ ਦੇ ਕੰਮ ਨਾ ਕੋਈ ਗਿਲੇ ਵਾਲੀ ਗੱਲ ਨਹੀਂ ਹੈ ਹੂੰ ਹੂੰ ਪਰ ਚੋਰੀ ਦੇ ਪੁੱਤ ਗੱਭਰੂ ਹੋ ਜਾਂਦੇ ਆ ਜੀ ਕੋਈ ਹਰਜ ਨਹੀਂ ਉਹ ਦੁਪੱਟਾ ਸੱਤ ਰੰਗ ਦਾ ਹਿੰਦੀ ਫਿਲਮ ਵਾਲੇ ਨੇ ਦੁਪੱਟਾ ਨੌ ਰੰਗ ਦਾ ਬਣਾ ਲਿਆ ਹੂੰ ਹੂੰ ਇੱਕ ਆਪਣੇ ਪੰਜਾਬੀ ਚੋਕੀ ਤੋਂ ਗਵਾਇਆ ਸੀਗਾ ਇਸ਼ਕ ਨਦੀ ਵਿੱਚ ਰੁੜ ਗਿਆ ਲੋਕੋ ਸਤ ਪਤਨ ਦਾ ਤਾਰੂ ਉਹਨਾਂ ਨੇ ਪੰਜ ਪਤਨ ਦਾ ਤਾਰੂ ਕਰ ਲਿਆ ਹੂੰ ਹੂੰ ਤੇ ਕੋਈ ਹਰਜ ਨਹੀਂ ਐਡੀ ਕਿਹੜੀ ਗੱਲ ਆ ਕੋਈ ਨਹੀਂ ਅਸੀਂ ਫੋਕ ਦੇ ਵਿੱਚੋਂ ਜਿਹੜਾ ਹੈ ਨਾ ਜੇ ਕੋਈ ਕਹ ਸਕਦੇ ਨਕਲ ਮਾਰਨੀ ਜਾਂ ਪ੍ਰੇਰਨਾ ਲੈਣੀ ਪੰਜਾਬੀ ਫੋਕ ਦੇ ਵਿੱਚੋਂ ਸਾਰਿਆਂ ਨੇ ਚਾਹੇ ਮਰਾੜਾ ਵਾਲਾ ਚਾਹੇ ਦੇਵਤਰੀਕੇ ਵਾਲਾ ਮੈਂ ਵੀ ਹੈ ਹੁਣ ਜਿਹੜਾ ਹੈ ਨਾ ਕਿ ਲਾਈਨ ਬਈ ਆਪਣਾ ਮੈਂ ਕੱਲ ਤੱਕ ਨਹੀਂ ਰਹਿਣਾ ਤੜਕੇ ਕਰ ਕਰਦਾ ਪਾਣੀ ਇਹ ਗੀਤ ਦਾ ਜ਼ਿਕਰ ਵੀ ਕਈ ਲੋਕਾਂ ਨੇ ਪਾਕਿਸਤਾਨ ਦੇ ਵਿੱਚ ਪਹਿਲਾਂ ਰਿਕਾਰਡ ਹੋਇਆ ਸੀ ਜੀ ਨਹੀਂ ਇਹ ਕਈ ਕਹਿੰਦੇ ਆ ਕਿ ਅਮਰਤਾ ਪ੍ਰੀਤਮ ਦਲ ਲਿਖਿਆ ਸੀ ਤੇ ਆਸਾ ਸਿੰਘ ਮਸਤਾਨ ਨੇ ਗਾਇਆ ਸੀ ਜੀ ਅਸਲ ਵਿੱਚ ਇਹ ਲਾਈਨ ਆ ਜਿਹੜੀ ਇਹ ਫੋਕ ਆ ਅੱਛਾ ਜੀ ਜਿਵੇਂ پارک ਦੇ ਵਿੱਚ ਬੈਂਚ ਤੇ ਜਿਹੜਾ ਬੈਠਾ ਹ ਹ ਉਹ ਉਹਨਾਂ ਚਿਰ ਬੈਂਚ ਉਹਦਾ ਉਹ ਉੱਠ ਕੇ ਚਲੇ ਗਿਆ ਤਾਂ ਉੱਥੇ ਜਿਹੜਾ ਹੋਰ ਕੋਈ ਵੀ ਬਹਿ ਸਕਦਾ ਹੁਣ ਛੱਲਾ ਜਿਵੇਂ ਜੀ ਜੀ ਜੱਗਾ ਜਿਹੜਾ ਮੋੜ ਆ ਇਹ ਫੋਕ ਦੇ ਉੱਤੇ ਤਾਂ ਜਿਵੇਂ ਆਪਣਾ ਵਿਸ਼ਾਮ ਲਾਟ ਵਿੱਚ ਕੋਈ ਵੀ ਮੱਝਾਂ ਗਾਵਾਂ ਚਾਰ ਸਕਦਾ ਜਿਹਦਾ ਕਬਜ਼ਾ ਉਹਦੀ ਗੱਲ ਹੁੰਦੀ ਆ ਉਹ ਸੰਜੀ ਚੀਜ਼ ਆ ਉਹਨੂੰ ਜੀ ਸਦਕੇ ਸਾਰਿਆਂ ਅਸਲ ਚ ਉਹ ਤਾਂ ਹੈ ਜਿਵੇਂ ਚਲੋ ਲੋਕ ਗੀਤਾਂ ਦੀ ਲਾਈਨ ਆ ਵੈਸੀ ਵੀ ਤਾਂ ਅਸੀਂ ਜੋ ਆਲ ਦੁਨੀਆਂ ਚ ਸਮਾਜ ਦੇ ਵਿੱਚ ਦੇਖਦੇ ਆਂ ਜੋ ਉਹ ਵਜ਼ਰਬ ਕਰਦੇ ਆ ਸਾਡੇ ਆਂਟੀ ਨੇ ਥੋੜਾ ਜਿਆਦਾ ਚੀਜ਼ਾਂ ਨੂੰ ਫੜ ਲੈਂਦੇ ਆ ਉਹਨਾਂ ਦੇ ਦੁੱਖ ਸੁੱਖ ਹਾਵ ਭਾਵ ਖੁਸ਼ੀਆਂ ਰੋਮਾਂਟਿਕ ਪੁਣਾ ਉਹ ਸਾਰੇ ਨੂੰ ਹੀ ਅੰਦਰੋਂ ਅਸੀਂ ਸਮੋਨੇ ਆ ਤੇ ਬਾਹਰ ਕੱਢਦੇ ਆ ਵੈਸੇ ਬੈਨੀ ਪੱਲੀ ਜਿਹੜਾ ਆਰਟ ਆਰਟ ਆ ਨਾ ਜਿਹੜਾ ਥੋੜਾ ਜਿਹਾ ਹੋਰ ਜੀ ਜੀ ਅਵ ਲਵੀ ਜੀ ਆਰਟ ਦਾ ਤਾਂ ਮਤਲਬ ਆਰਟੀਫੀਸ਼ਲ ਆ ਹਮ ਜਿਹੜਾ ਤਬਲਾ ਢੋਲ ਕਾ ਵਜਦੀ ਆ ਨਾ ਉਹ ਸਿਰ ਜੇ ਨਹੀਂ ਜਾ ਰਿਹਾ ਉਹ ਤਾਂ ਇੱਕ ਨਾਦ ਵੱਜਦਾ ਉਹਨੂੰ ਤੋੜਿਆ ਜਾ ਰਿਹਾ ਹਮ ਅਸਲ ਵਿੱਚ ਤਾਂ ਜਿਹੜਾ ਹੈਗਾ ਬ੍ਰਹਿਮੰਡ ਆ ਹਮ ਇਹ ਸਾਰਾ ਕੁਝ 18 ਅਲਜਬਰੇ ਫਾਰਮੂਲੇ ਕੋਈ ਨਹੀਂ ਜਾ ਇਹ ਤੋਂ Z ਤੋਂ ਵਿੱਚ ਬਾਹਰ ਨਹੀਂ ਕੋਈ ਜਾ ਸਕਦਾ ਊੜੇ ਤੋਂ ਢਾੜੇ ਤੱਕ ਕੋਈ ਬਾਹਰ ਨਹੀਂ ਜਾ ਸਕਦਾ ਉਹਦੇ ਵਿੱਚੋਂ ਹੀ ਲੈਣਾ ਸਾਰਾ ਕੁਝ ਉਹਦੇ ਵਿੱਚੋਂ ਲੈਣਾ ਸਮਾਜ ਚੋਂ ਲੈਣਾ ਅਸੀਂ ਕੋਈ ਮੰਗਲਵਾਰੀ ਤਾਂ ਦੂਸਰਾ ਸਿਆਰੇ 17 ਬਾਰੇ ਤਾਂ ਲਿਖ ਨਹੀਂ ਰਹੇ ਇਹ ਸਾਰੇ ਇਹ ਇਸ ਇਹਦੇ ਵਿੱਚ ਕੋਈ ਮਤਲਬ ਇਹਨੂੰ ਖੇੜੇ ਮੱਥੇ ਤੇ ਪੋਜੀਟਿਵਲੀ ਲੈਣਾ ਚਾਹੀਦਾ ਸੰਤੋਖ ਸਿੰਘ ਸਾਹਿਬ ਬਹੁਤ ਸਾਰੇ ਗੀਤ ਤੁਸੀਂ ਹਿੱਟ ਨਹੀਂ ਸਕੋ ਸੁਪਰ ਹਿੱਟ ਦਿੱਤੇ ਆ ਪੰਜਾਬੀ ਜੀ ਅੱਜ ਵੀ ਨਿਰੰਤਰ ਲਿਖਦੇ ਹੋਵੋਗੇ ਜੀ ਕੀ ਕਾਰਨ ਹੈ ਕਿ ਹੁਣ ਸੰਧੂ ਸ਼ਮਸ਼ੀਰ ਦੇ ਗੀਤ ਸਾਨੂੰ ਸੁਣਨ ਨੂੰ ਘੱਟ ਮਿਲਦੇ ਨੇ ਲੋਕੀ ਤੁਹਾਡੇ ਕੋਲੋਂ ਲੈਂਦੇ ਨਹੀਂ ਰਿਕਾਰਡ ਨਹੀਂ ਹੁੰਦੇ ਕੀ ਕਾਰਨ ਹੈ ਜੀ ਦੇਖੋ ਮੇਰੇ ਖਿਆਲ ਵੀ ਲਾਈਨ ਪਲਟ ਗਈ ਟੇਸਟ ਬਦਲ ਗਿਆ ਅੱਛਾ ਜੀ ਜਿਵੇਂ ਕੈਸੇਟ ਸੀ ਸੀਡੀ ਸੀ ਅਸੀਂ ਗਿਫਟ ਕਰਦੇ ਸੀ ਜਿਵੇਂ ਕਿਤਾਬ ਗਿਫਟ ਕਰਦੇ ਹਾਂ ਹਮ ਹੁਣ ਸੁਰਜੀਤ ਖਾਨ ਨੇ ਪੰਜ ਛੇ ਗੀਤ ਆ ਸਾਲ ਡੇਢ ਸਾਲ ਚ ਮੇਰੇ ਪਾਏ ਆ ਅੱਛਾ ਜੀ 25 ਪੌੜੀਆਂ ਕਾਲਜ ਤੇ ਲੇਕਿਨ ਸਾਹਮਣੇ ਸਤਵਿੰਦਰ ਬੇਟੀ ਦਾ ਗੀਤ ਵੀ ਪਹਿਲਾਂ ਦਾ ਪਿਆਰ ਰਿਲੀਜ਼ ਹੋਇਆ ਸਤਿੰਦਰ 37 ਦਾ ਹੋਇਆ ਚਰਨਜੀਤ ਵਿੱਕੀ ਕੈਲਗਰੀ ਵਾਲੇ ਦਾ ਹੋਇਆ ਲੇਕਿਨ ਇਹ ਮੰਨਣਾ ਪਊਗਾ ਜੀ ਜਾਂ یوں ਵੀ ਕਹਿ ਲੋ ਕਿ ਸਾਡਾ ਸਮਾਂ ਲੰਘ ਗਿਆ ਲੋਕਾਂ ਦੇ ਟੇਸਟ ਹੋਰ ਹੋ ਗਏ ਸੰਧੂ ਸਾਹਿਬ ਬਹੁਤ ਸਾਰੇ ਕਲਾਕਾਰਾਂ ਨਾਲ ਤੁਸੀਂ ਵਿਚਰਿਓ 72 ਕਲਾਕਾਰਾਂ ਦੇ ਤੁਸੀਂ ਦੱਸ ਦਿਓ ਕਿ ਤੁਹਾਨੂੰ ਗਾ ਲਿਆ ਜੀ surjit bind rakhe ਦੇ ਸੁਭਾਅ ਬਾਰੇ ਦੱਸਿਓ ਬਹੁਤ ਸਾਰੇ ਨਵੀਂ ਜਨਰੇਸ਼ਨ ਦੇ ਲੋਕ ਨਹੀਂ ਜਾਣਦੇ ਹੋਣੇ ਕਿ surjit bind rakhe ਕਿਸ ਤਰ੍ਹਾਂ ਦੇ ਸੁਭਾਅ ਦਾ ਮਾਲਕ ਸੀ ਬਿੰਦਰੀਖਿਆ ਬੋਲਦਾ ਬਹੁਤ ਘੱਟ ਸੀ ਆਮ ਕੱਠਵਟ ਚ ਵੀ ਬੈਠਿਆਂ ਵੀ ਉਹ ਸ਼ਾਂਤ ਰਹਿੰਦਾ ਸੀ ਸ਼ਾਂਤ ਰਹਿੰਦਾ ਸੀ ਗੱਲਬਾਤ ਸੁਣ ਲੈਂਦਾ ਸੀ ਅਸੀਂ ਸਾਰਾ ਜਿਹੜਾ ਭਾਈਚਾਰਾ ਜਦੋਂ ਇਕੱਠੇ ਹੁੰਨੇ ਆ ਇੱਕ ਦੂਜੇ ਦੀਆਂ ਲੱਤਾਂ ਮਾਹਾਂ ਖਿਚਣ ਦਾ ਸੁਭਾਅ ਹੀ ਹੁੰਦਾ ਤੇ ਵੀ ਇੱਕ ਦੂਜੇ ਦੇ ਨੁਕਸ ਕੱਢਣ ਦਾ ਜਾਂ ਜਿਹਨੂੰ ਆਪਾਂ ਕਹਿ ਲੈਂਦੇ ਆ ਕਿ ਚੁਗਲੀ ਚੱਲਦੀਆਂ ਹਾਂ ਬਿੰਦਰੀਖਿਆ ਨਾਲ ਸੁਣਦਾ ਸੀਗਾ ਨਾ ਕਰਦਾ ਸੀ ਆਪਣੀ ਯਾਦ ਆ ਜੀ ਮਸਤ ਰਹਿੰਦਾ ਸੀ ਸਰੀ ਦੇ ਇੱਕ ਹੋਟਲ ਦੇ ਵਿੱਚ ਮੈਂ ਖਾਣਾ ਦੇਣ ਗਿਆ ਜੀ ਉਹ ਉਹਨਾਂ ਵਿੜਿਆਂ ਚ ਕਈ ਕਲਾਕਾਰ ਜਗਤਾਰ ਜੱਗਾ ਜਹੋਸੜ ਨੇ ਸਮਕਾਲੀ ਸੀ ਹਿੱਟ ਸੀ ਮੈਨੂੰ ਪੁੱਛਿਆ ਵੀ ਬਾਈ ਜੀ ਫਲਾਣਾ ਕਿਵੇਂ ਆ ਠੀਕ ਐ ਮੈਂ ਫਲਾਣਾ ਕਿਵੇਂ ਆ ਉਹ ਵੀ ਠੀਕ ਐ ਮੈਂ ਕਿਹਾ ਯਾਰ ਮੈਨੂੰ ਤਾਂ ਲੱਗਦਾ ਨਹੀਂ ਚੱਲ ਰਿਹਾ ਬਾਈ ਮੈਨੂੰ ਮੇਰੇ ਵਾਰੀ ਪਤਾ ਹੈ ਹੋਰਾਂ ਵਾਰੀ ਨਹੀਂ ਪਤਾ ਇਹ ਜੇ ਸੁਭਾ ਦਾ ਹੀ ਸੀ ਹਾਂ ਜੇ ਸੁਭਾ ਦਾ ਸੀ ਬਾਹਰਲੇ ਟੂਰ ਵੀ ਮੈਨੂੰ ਜਹਾਜ਼ ਉਹਨੇ 1996 ਜੀ ਬੰਦ ਰੱਖਿਆ ਤੇ ਕਰਕੇ ਲਾਸ ਏਂਜਲਸ ਵਾਲਾ ਇੱਕ ਪ੍ਰੋਗਰਾਮ ਸੀ ਮਨਿੰਦਰ ਗੱਲ ਭਾਜੀ ਨੇ ਪ੍ਰੋਗਰਾਮ ਗੁਜਰਾਤੀ ਪ੍ਰਮੋਟਰਾਂ ਨੂੰ ਵੇਚਤਾ ਅੱਛਾ ਜੀ ਅਸੀਂ ਜਹਾਜ਼ ਤੋਂ ਉਤਰ ਕੇ ਅੰਦਰ ਗਏ ਸਿਰ ਤੇ ਟੋਪੀਆਂ ਲਾਈਆਂ ਹੋਈਆਂ ਸੀਗੀਆਂ ਤਾਂ ਕੀ ਹੋਇਆ ਕਿ ਉਹ ਕਹਿੰਦੇ ਜੀ ਵੀ ਉਹ ਦੁਪੱਟੇ ਵਾਲਾ ਤਾਂ ਸਿੰਗਰ ਸਾਨੂੰ ਦਿਸਿਆ ਨਹੀਂ ਹਾਂ ਸਾਨੂੰ ਪਤਾ ਲੱਗਿਆ ਵੀ 50% ਪੇਮੈਂਟ ਉਹਨਾਂ ਨੇ ਗੁਜਰਾਤੀ ਪ੍ਰਮੋਟਰਾਂ ਨੇ ਮਨਿੰਦਰ ਬਾਈ ਨੂੰ ਉੱਥੇ ਕਰਨੀ ਸੀ ਰਿਸੈਪਸ਼ਨ ਤੇ ਬਾਕੀ ਜਦੋਂ ਹਾਲ 'ਚ ਜਾ ਕੇ ਜੀ ਤੇ ਮੈਨੂੰ ਫੋਨ ਆਇਆ ਹੂੰ ਹੂੰ ਬਈ ਸ਼ਹਿਰ ਤੋਂ ਇਵੇਂ ਕਰ ਬਈ ਪੱਗ ਬੰਨ ਨੂੰ ਇਹਨੂੰ ਚਿਰ ਲੱਗੂ ਆ ਤੇਰੀ ਮਾਵੇ ਵਾਲੀ ਪੱਗ ਰੱਖ ਕੇ ਤੇ ਬਿੰਦ ਰੱਖੀ ਨੂੰ ਛੇਤੀ ਲਈ ਆਂ ਅੱਛਾ ਜੀ ਉਹ ਜਦੋਂ ਪੱਗ ਰੱਖ ਕੇ ਦੇਖਿਆ ਤੇ ਉਹ ਕਹਿੰਦੇ ਠੀਕ ਹੈ ਠੀਕ ਉਹ ਹੁਣ ਪੇਮੈਂਟ ਕਰ ਦਿੰਦੇ ਹਾਂ ਤੇ ਅਸੀਂ ਇਸ ਗੱਲ ਤੇ ਖੁਸ਼ ਹੋਣ ਨਾਲੋਂ ਹੈਰਾਨ ਜਿਆਦਾ ਹੁੰਦੇ ਸੀ ਕਿ ਇੰਨੀ ਸਟਾਰਟਮ ਇੰਨਾ ਕ੍ਰੇਜ਼ ਪਰ ਉਹ ਉਹਦੇ ਚ ਇਦਾਂ ਨਹੀਂ ਸੀ ਉਹ ਮਤਲਬ ਉਹ ਬਹੁਤ ਡਾਊਨ ਟੂ ਅਰਥ ਸੀ ਬਹੁਤ ਸਿੰਪਲ ਸੀ ਦੂਸਰੀ ਗੱਲ ਕਿ ਉਹਦੇ ਤੇ ਹੋਮਵਰਕ ਨਹੀਂ ਸੀ ਕਰਨਾ ਪੈਂਦਾ ਅੱਛਾ ਉਹ ਜਿਆਦਾ ਗੋਡ ਗਿਫਟਡ ਕਲਾਕਾਰ ਸੀ ਬੰਦ ਰੱਖੀਏ ਵਰਗੇ ਬਣਾਏ ਨਹੀਂ ਜਾਂਦੇ ਇਹ ਬਣਦੇ ਇਹ ਤਾਂ ਪੈਦਾ ਹੀ ਹੋ ਜਾਂਦੇ ਤੁਹਾਡੀ ਕਿੰਨੀ ਸੁਣ ਲੈਂਦਾ ਸੀ ਜੀ ਇੰਨੀ ਹੁੰਦਾ ਸੀ ਵੀ ਉਹਨੇ ਜੇ ਇੰਟਰਵਿਊ ਵੀ ਦੇਣੀ ਆ ਚੈਨਲ ਤੇ ਬਾਈ ਜੀ ਉਹ ਨਜ਼ਰ ਮੇਰੇ ਨੇੜੇ ਬੈਠ ਰਿਹਾ ਜਿੰਨੀ ਡਬਿੰਗ ਹੋਈ ਇਹ ਕਹਿੰਦੇ ਇਲੀ ਗੱਲ ਤਾਂ ਬੰਦ ਰੱਖੀ ਦੀ ਡਬਿੰਗ ਹੁੰਦੀ ਕਦੇ ਕਿਸੇ ਨੇ ਦੇਖੀ ਹੋਈ ਨਹੀਂ ਮਤਲਬ ਸ਼ਰਮ ਆ ਤੇ ਮੈਥੋਂ ਬਿਨਾਂ ਤੁਸੀਂ ਹੁੰਦੇ ਸੀ ਤੇ ਨਹੀਂ ਹਾਂ ਅਸੀਂ ਤਿੰਨੇ ਹੁੰਦੇ ਸੀ ਜੇ ਕੋਈ ਹੁੰਦਾ ਸੀ ਉਹ ਕਹਿੰਦਾ ਸੀ ਮੈਂ ਮੇਰਾ ਉਹ ਨਾ ਮੇਰਾ ਧਿਆਨ ਟੁੱਟਦਾ ਐਸੀ ਤਰ੍ਹਾਂ ਉਹਨੇ ਬਾਹਰ ਜਾਣ ਵੇਲੇ ਵੀ ਸ਼ਰਤ ਰੱਖ ਦੇਣੀ ਪ੍ਰਮੋਟਰਾਂ ਨਾਲ ਅਸੀਂ ਦੇਖਿਆ ਤੁਸੀਂ ਨਾਲ ਹੁੰਦੇ ਸੀ ਟੂਰ ਤੇ ਬਾਈ ਜੀ ਨਾਲ ਨਾਲ ਮੈਂ ਤਾਂ ਦਸਰਾ ਮੈਂ ਤਾਂ ਤਾਂ ਜਾਊਂਗਾ ਤੇ ਹੋਰ ਵੀ ਬਈ ਜੇ ਰੋਪੜ ਮਕਾਨ ਲੈਣਾ ਜਾਂ ਮਹਾਲੀ ਸ਼ਿਫਟ ਕਰਨਾ ਨਿਆਣਿਆਂ ਤੇ ਪੜਾਈ ਦਾ ਵੀ ਇੱਥੋਂ ਤੱਕ ਮਤਲਬ ਬਹੁਤ ਜ਼ਿਆਦਾ ਇਸ ਕਿਉਂਕਿ ਸਾਡੇ ਫੈਮਿਲੀ ਰਿਲੇਸ਼ਨ ਹੋ ਗਏ ਸੀ ਸਮੇ ਤੋਂ ਪਹਿਲਾਂ ਤੁਰ ਜਾਣ ਦਾ ਪੰਜਾਬੀ ਸੰਗੀਤ ਜਗਤ ਨੂੰ ਦੁੱਖ ਰਹ ਸਦਾ ਹੀ ਰਹਿਣਾ ਸੁਰਜੀਤ ਬਿੰਦ ਰਖੀਆ ਦਾ ਜਿਸ ਤਰ੍ਹਾਂ ਤੁਸੀਂ ਦੱਸਦੇ ਹੋ ਕਿ ਬਣਾਏ ਨਹੀਂ ਜਾਂਦੇ ਸੁਰਜੀਤ ਬਿੰਦ ਰਖੀਆ ਵਰਗੇ ਪੈਦਾ ਹੀ ਹੁੰਦੇ ਆ ਉਸ ਤੋਂ ਬਾਅਦ ਪਰਿਵਾਰ ਨਾਲ ਸਾਂਝਾ ਕਿਸ ਤਰ੍ਹਾਂ ਦੇ ਨੇ ਜੀ ਗਤਾਜ ਨਾਲ ਮੇਰਾ ਤਾਂ ਕਿਉਂਕਿ ਜਜ਼ਵਾਤੀ ਤੌਰ ਤੇ ਫਰਜ਼ ਵੀ ਬਣਦਾ ਤੇ ਸਮਾਜਿਕ ਤੌਰ ਤੇ ਮੈਂ ਕਹਿੰਦਾ ਹੁਣ ਪੰਜਾਬੀ ਗਾਇਕੀ ਚ ਇੱਕੋ ਇੱਕ ਧਾਰਨਾ ਕਿ ਕੋਈ ਗਾਇਕ ਗੀਤ ਲੇਖਕ ਨਾਲ ਆਖਰੀ ਸਾਹਾਂ ਤੱਕ ਨਵਾ ਗਿਆ ਹੋਵੇ ਤੇ ਦੇਖੋ ਸਦੀਕ ਰਣਜੀਤ ਦੀ ਵੀ 35 ਸਾਲ ਬਾਅਦ ਟੁੱਟ ਗਈ ਸੀ ਜੀ ਹੋਰ ਕਿੰਨੀਆਂ ਜੋੜੀਆਂ ਦੀ ਪਟੋਟ ਦੇਖ ਭਪਿੰਦਰ ਗਿੱਲ ਨੀਲਾ ਸੰਨੀਲਮ ਦੀ ਵੀ ਟੁੱਟ ਗਈ ਸੀ ਬਹੁਤ ਅੱਛੀ ਜੋੜੀ ਸੀ ਬਿੰਦਰਖੀਆ ਦੀ ਤੇ ਸੰਤੂ ਆਖਰੀ ਸਾਹਾਂ ਤੱਕ ਸਾਥ ਰਿਹਾ ਮੈਂ ਤਾਂ ਬਾਕਾਇਦਾ ਅਸੀਂ ਇੱਕ ਸੀੜੀ ਕੱਢੀ ਸੀ ਜਿਹਦੇ ਚ ਹੁਸੀ ਗਜਿੰਦਮਾਹੀ ਤੇ ਬਾਪ ਮੇਰਾ ਬੰਦ ਰੱਖੀਏ ਸੁਪਨੇ ਆ ਚਾਵੇ ਆਈ ਥਿੰਕ ਸਟਾਰਟਿੰਗ ਹੀ ਉੱਥੋਂ ਹੀ ਗੀਤਾਜ ਨੇ ਕੀਤੀ ਸਟਾਰਟਿੰਗ ਉੱਥੋਂ ਕੀਤੀ ਸੀਗੀ ਉਸ ਤੋਂ ਬਾਅਦ ਉਹਦਾ ਇੱਕ ਕੰਪਨੀ ਨਾਲ ਹੋ ਗਿਆ ਐਗਰੀਮੈਂਟ ਅੱਛਾ ਜੀ ਤੇ ਫਿਰ ਇੱਕ ਉਹਨੇ ਫਿਲਮ ਲੈ ਲਈ ਜਿਸ ਕਰਕੇ ਸਾਡਾ ਅਸੀਂ ਇਕੱਠੇ ਤੁਰ ਨਾ ਸਕੇ ਸਾਥ ਨਾਲ ਸ਼ਾਇਦ ਉਹਦੀ ਵਜ੍ਹਾ ਹੋਵੇ ਜਨਰੇਸ਼ਨ ਗੈਪ ਅੱਛਾ ਜੀ ਉਮਰ ਦਾ ਫਰਕ ਹੈ ਟੇਸਟ ਜਿਹੜੇ ਨਹੀਂ ਹੈ ਸਰ ਪਰਿਵਾਰ ਨਾਲ ਸਾਹ ਬਕਾਇਦਾ ਤੌਰ ਤੇ ਹੈ ਜੀ ਹਲੇ ਵੀ ਹਾਂ ਸਾਝ ਤਾਂ ਹੈ ਲੇਕਿਨ ਉਹ ਫਿਰ ਜਿਹੜਾ ਸੀਗਾ ਜਿਹੜਾ ਮੇਲਜੋਲ ਉਸ ਕਿਸਮ ਦਾ ਨਹੀਂ ਰਹਿੰਦਾ ਹਮ ਹਮ ਕਿ ਪਰਿਆ ਮੇਲਾ ਛੱਡ ਗਿਆ ਬਿੰਦ ਰਖਿਆ ਤਰਸਤ ਹੁਣ ਬਹੁਤ ਸਾਰੇ ਕਲਾਕਾਰਾਂ ਨਾਲ ਤੁਸੀਂ ਨੇੜਤਾ ਨਿਗਮਾਣਿਆ ਹੂੰ ਕੋਈ ਉਹ ਯਾਦਾਂ ਜਿਹੜੀਆਂ ਤੁਹਾਨੂੰ ਕਦੇ ਨਹੀਂ ਭੁੱਲਦੀਆਂ ਤੇ ਲੋਕਾਂ ਨੂੰ ਪਤਾ ਨਾ ਹੋਣ ਇਸ ਤਰ੍ਹਾਂ ਦੀਆਂ ਸਮੋਈ ਬੈਠੇ ਹੋ ਜੀ ਤੁਸੀਂ ਹਾਂਜੀ ਉਹ ਤਾਂ ਵੈਰੀ ਵੈਲ ਜੀ ਮੈਂ ਸੋਸਤੀ ਦੇ ਵਿੱਚ ਲੇਟ ਹੋਈ ਜਾਣਾ ਪੂਰੀ ਕਿਤਾਬ ਆ ਉਹਦੇ ਵਿੱਚ 500 550 ਘਟਨਾਵਾ ਅੱਛਾ ਜੀ ਗਾਇਕਾ ਨਾਲ ਉਹਦੇ ਚਾਹੇ ਕਿਤੇ ਨਹੀਂ ਮੈਂ ਕਿਹਾ ਕਿ ਆਪ ਜੀ ਦਾ ਜਨਮ ਇੱਥੇ ਹੋਇਆ ਤੇ ਆਪ ਜੀ ਨੇ ਇੰਨੇ ਗਾਣੇ ਗਾਏ ਮੈਂ ਫਿਰੋਚ ਗੱਲਾਂ ਕੀਤੀਆਂ ਵੀ ਜਮਲਾ ਜੱਟ ਨੇ ਰਿਕਸ਼ੀ ਲੈ ਕੇ ਕਿੰਨੇ ਕਰਾਏ ਤੇ ਪਾਏ ਹੋਏ ਸੀ ਅੱਛਾ ਜੀ ਰਾਤ ਵਾਲੇ ਰਿਕਸ਼ੇ ਦਾ ਕਿੰਨਾ ਕਰਾਇ ਲੈਂਦਾ ਸੀ ਦਿਨ ਵਾਲੇ ਦਾ ਕਿੰਨਾ ਲੈਂਦਾ ਸੀ bizness ਵੀ ਕਰਦੇ ਸੀ ਨਾਲ ਚਾਂਦੀ RAM ਹਾਂਜੀ ਹਣ ਚਾਂਦੀ RAM ਬਾਰੇ ਵੀ ਨੋਟਾਂ ਨੂੰ ਅਕਲਾਉਂਦਾ ਸੀ ਉਹ ਦੇਖਿਆ ਕਿਸੇ ਨੇ ਨਹੀਂ ਉਹ ਸੁਣੀਏ ਕਿ ਮੈਂ ਲੋਕ ਸੁਰਾਂ ਕਿਤਾਬ ਚ ਪਹਿਲੀ ਵਾਰ ਲਿਖਿਆ ਸੀ ਉਸ ਤੋਂ ਬਾਅਦ ਜੇ ਪੁੱਛਦੇ ਤਾਂ ਕਹਿੰਦੇ ਵੀ ਅਸੀਂ ਤਾਂ ਸੁਣੀ ਸੀ ਗੱਲ ਮੈਂ ਦੇਖਿਆ ਉਹਨੂੰ ਕਰਦੇ ਸੀ ਤਾਂ ਜੀ ਉਹ ਕੀ ਕਰਦਾ ਸੀ ਉਹ ਤੇ ਲੰਮੀ ਚਿਮਨੀ ਵਾਲਾ ਉਹਦਾ ਲੈਂਪ ਹੁੰਦਾ ਸੀ ਉਹਦੇ ਦਫ਼ਤਰ ਦੇ ਵਿੱਚ ਮੈਂ ਉਹਦੇ ਕੋਲ ਤੁੰਬੀ ਸਿੱਖਣ ਜਾਂਦਾ ਸੀ ਜਦੋਂ ਪ੍ਰੋਗਰਾਮ ਤੋਂ ਆਉਂਦਾ ਹੁੰਦਾ ਸੀਗਾ ਤੇ ਉਹ ਨੋਟ ਨੂੰ ਦੀ ਬੱਤੀ ਬਣਾ ਕੇ ਹਮ ਹਮ ਇਸ ਉਹਦੇ ਨਾਲ ਉੱਥੋਂ ਲੈਂਪ ਲੈਂਪ ਤੋਂ ਲਾ ਕੇ ਤੇ ਇਸ ਤਰ੍ਹਾਂ ਨੋਟ 100 ਦਾ ਹੁੰਦਾ ਸੀ ਜੀ ਉਦੋਂ ਇਦਾਂ ਹੁੰਦੇ ਸੀ 10 ਦਾ ਨੋਟ 50 ਦਾ ਨੋਟ ਇਦਾਂ ਛੋਟੇ ਨੋਟ ਸੀਗੇ 100 ਮੈਕਸਿਮਮ ਸੀ ਅੱਛਾ ਜੀ ਉਦੋਂ 500 ਦਾ ਨੋਟ ਸ਼ਾਦਾ ਆਇਆ ਹੀ ਨਹੀਂ ਸੀ ਅਜੇ ਤੱਕ ਜੀ ਜੀ ਤੇ ਉਹਦਾ ਜਿਹੜਾ ਉੱਥੇ ਦਫ਼ਤਰ ਸਖਤਰ ਸੀ ਉਹ ਕਹਿੰਦਾ ਹੁੰਦਾ ਸੀ ਉਸਤਾਦ ਜੀ ਪੈਸੇ ਦੀ ਬੇਇੱਜ਼ਤੀ ਨਾ ਕਰੋ ਪੈਸਾ ਰੋਸੇ ਜਾਂਦਾ ਗੁੱਸਾ ਖਾ ਜਾਂਦਾ ਪਰ ਇਹ ਦਾ ਮਤਲਬ ਉਹ ਕਹਿੰਦਾ ਸੀ ਚਾਂਦੀਰਾਮ ਕਿਸੇ ਵੀ ਚੌਂਕ 'ਚ ਤੂੰ ਵੀ ਲੈ ਕੇ ਖੜ ਜੇ ਪੈਸੇ ਪੈਸੇ ਹੋਣਗੇ ਫਿਰ ਮੈਂ ਦੇਖਿਆ ਇੱਕ ਸਮਾਜ ਆ 20-20 ਰੁਪਏ ਨੂੰ ਵੀ ਚਾਂਦੀਰਾਮ ਤਰਸਦਾ ਸੀ ਉਸ ਦੀ ਕੁਝ ਹੋਰ ਗੱਲਾਂ ਇੱਕ ਮੈਂ ਜਰਾ ਜਲਦੀ 'ਚ ਦੱਸਦਾ ਵੀ ਦੇਖੋ ਅੱਜ ਦੀ ਤਰੀਕ ਜਦੋਂ ਅਪਾ ਕਹਿੰਨੇ ਆ ਕਿ ਚਾਂਦੀਰਾਮ ਚਾਂਦੀਰਾਮ ਇੱਕ ਬਹੁਤ ਵੱਡਾ ਗਾਇਕ ਹੋਇਆ ਤਾਂ ਨਵੀਂ ਪੀੜ੍ਹੀ ਕਹੂਗੀ ਕੌਣ ਚਾਂਦੀ ਤਾਂ ਹੁਣ ਜੇ ਕਹਿੰਨੇ ਆ ਕਿ ਲੈ ਜਾ ਛੱਲੀਆਂ ਬਣਾ ਲਈ ਦਾਣੇ ਜਿਹੜਾ ਦੂਰ ਦਿਆ ਫਿਰ ਪਤਾ ਜੀ ਤੇ ਫਿਰ ਪਤਾ ਹੁਣ ਇੱਥੇ ਮੈਂ ਉਹਦੇ 'ਚ ਇਹ ਦੱਸ ਰਿਹਾ ਇਦਾਂ ਦੀ ਗੱਲ ਜਾਣਕਾਰੀ ਵਾਲੀ ਵੀ ਤੇ ਦਿਲਚਸਪ ਵੀ ਜੀ ਕਿ ਜਿਸ ਚਾਂਦੀ ਰਾਮ ਨਾਲ ਲੈ ਜਾ ਛੱਲੀਆਂ ਬਣਾ ਲੈ ਜੁੜ ਗਿਆ ਉਸ ਚਾਂਦੀ ਰਾਮ ਨੇ ਇਹ ਲਾਈਨ ਤਾਂ ਗਾਈ ਹੋਈ ਨਹੀਂ ਹੈ ਹੂੰ ਇਹ ਤਾਂ ਸ਼ਾਂਤੀ ਦੇਵੀ ਨੇ গਾਈ ਹੈ ਲੈ ਜਾ ਛੱਲੀਆਂ ਬਨਾਰੀ ਦਾਣੇ ਮਿੱਤਰਾਂ ਦੂਰ ਦੇ ਚਾਂਦੀ ਰਾਮ ਕਹਿੰਦਾ ਤੇਰੀ ਖੁਸ਼ਕ ਮੱਕੀ ਦੇ ਦਾਣੇ ਮਿੱਤਰਾਂ ਲਈ ਨਹੀਂ ਚੱਬਣੇ ਨਹੀਂ ਚੱਬਣੇ ਹੂੰ ਇਸ ਤਰ੍ਹਾਂ ਗੁਰਦਾਸ ਮਾਨ ਦਾ ਕੁਲਦੀਪ ਮਾਨਕ ਦਾ ਹਰਚਰਨ ਗਰੇਵਾਲ ਦਾ ਸੀਮਾ ਦੀ ਉਹਨੇ ਸੀ ਮੰਦਾ ਇਹ ਕਪੜੇ ਸਾੜੀ ਵੀ ਤੇ ਸਲਵਾਰ ਕਮੀਜ਼ ਅਲਮਾਰੀ 'ਚ ਟੰਗੇ ਹੁੰਦੇ ਸੀਗੇ ਮੈਂ ਆਦੇ ਤਰੀਕੇ ਨਾਲ ਗਏ ਜੱਫੀ ਪਾਪਾ ਕੇ ਰੋ ਰਿਆ ਤੇ ਯਾਦ ਕਰ ਰਿਆ ਹਰਚਰਨ ਜੀ ਹਰਚਰਨ ਗਰੇਵਾਲ ਉਹਦਾ ਗਾਣਾ ਬਹੁਤ ਮਸ਼ਹੂਰ ਸੀ ਸੀਮਾ ਦਾ ਤਾਂ ਕਿਸੇ ਵੇਲੇ ਨਾ ਹੀ ਸੀਮਾ ਗਰੇਵਾਲ ਪੈ ਗਿਆ ਸੀ ਜੀ ਬਿਲਕੁਲ ਮਿੱਤਰਾਂ ਦੇ ਟੂਬਲ ਤੇ ਲੀਰੇ ਤੇ ਤੋਂ ਦੇ ਬਹਾਨਿਆਂ ਤੇ ਇਸ ਤਰ੍ਹਾਂ ਬੇहद ਘਟਨਾਵਾਂ ਭਮਰਾ ਜੀ ਬਾਰੇ ਚਰਨਜੀਤ ਹੁਜਾ ਬਾਰੇ ਤੇ ਉਹ ਤਾਂ ਬਹੁਤ ਲੰਮਾ ਕਿੱਸਾ ਚਿਠਾ ਅੱਛਾ ਜੀ ਮਤਲਬ ਇਹ ਮਾਰਨਕ ਦਾ ਕਦੋਂ ਆਇਆ ਤੇ ਲਾਟਰੀਆਂ ਵਾਲੇ ਨੇ ਚੱਕ ਲਿਆ ਤੇ ਹਰਚਰਨ ਗਰੇਵਾਲ ਸਾਹਮਣੇ ਖੜਾ ਕਹਿ ਰਿਹਾ ਕਿ ਮਾਨਕ ਓਏ ਆ ਤੈਨੂੰ ਵਧਾਈਆਂ ਦੇਵਾ ਵਧਾਈਆਂ ਦੇਵਾ ਆ ਆ ਤੇਰਾ ਵਜ ਰਿਹਾ ਸਰਵਣ ਪੁੱਤਰਾ ਤੇਰੇ ਢਿੱਲੇ ਤੋਂ ਤੇ ਮਾਨਕ ਆਪਦੇ ਸੁਭਾਅ ਮੁਤਾਬਕ ਕਹਿ ਰਿਹਾ ਪੁੱਲੀ 3 ਕੇ ਵਾਲਾ ਤੇ ਮੈਂ ਅਸੀਂ ਇਕੱਠੇ ਜਸ਼ਨ ਮਨਾ ਰਹੇ ਸੀ ਤੇ ਮਾਨਕ ਦੂਰੋਂ ਕਹਿੰਦਾ ਵੀ ਕਿਉਂਕਿ ਗਰੇਵਾਲ ਨਾਲ 6 ਸਾਲ ਰਿਹਾ ਉਹਦੇ ਕੱਪੜੇ ਧੁੱਤੇ ਆ ਕੁੱਟ ਖਾਦੀ ਢੋਲ ਕੀ ਵਜਾਈ ਤੇ ਮਾਨਕ ਕਹਿੰਦਾ ਜੇ ਹੁਣ ਗੋਡੀ ਹੱਥ ਲਵਾਉਣਾ ਤਾਂ ਅੰਦਰ ਵੜ ਕੇ ਲਵਾ ਲਾ ਇੱਥੇ ਨਹੀਂ ਸੜਕ ਤੇ ਮੈਂ ਤੇਰੇ ਕੋਡੀਆਂ ਹੱਥ ਲਾਉਣਾ ਹੁਣ ਜਿਹੋ ਜਿਹਾ ਤੂੰ ਆ ਉਹੇ ਜਿਹਾ ਮੈਂ ਆ ਖੁੱਲੇ ਸੁਬਾ ਦੇ ਸੀ ਮਾਨਕ ਸਾਹਿਬ ਇਦਾਂ ਦੀਆਂ ਕਟਣਾਵਾ ਮੈਨੂੰ ਰੱਬ ਨੇ ਬਹੁਤ ਦੇਖੜਦਾ ਹੰਸ ਰਾਜ ਦੀ ਸਟਰਗਲ ਤੇ ਫਿਰ ਸਟਾਰਡਮ ਐਸਾ ਸਮਾਂ ਆਇਆ ਹੰਸ ਰਾਜ ਦਾ ਇੱਕ ਜਦੋਂ ਅੰਤਾਂ ਦੇ ਟੂਰਨਾਮੈਂਟ ਮੇਲੇ ਹੁੰਦੇ ਸੀਗੇ ਹੰਸ ਰਾਜ ਦਾ ਪ੍ਰੋਗਰਾਮ ਡੇਢ ਸਾਲ ਇੱਕ ਐਸਾ ਸਮਾਂ ਆਇਆ ਮੇਰੇ ਗੀਤ ਤੋਂ ਸ਼ੁਰੂ ਹੁੰਦਾ ਸੀ ਮੇਰੇ ਗੀਤੇ ਐਂਡ ਹੁੰਦਾ ਸੀ ਪਹਿਲਾ ਗੀਤ ਹੁੰਦਾ ਸੀ ਨਾ ਧੁੱਪ ਰੇਣੀ ਨਾ ਛਾਂ ਬੰਦਿਆ ਹਾਂ ਧਰਮ ਗੀਤ ਆਖਰੀ ਗੀਤ ਉਹਦਾ ਹੁੰਦਾ ਸੀ ਸਭੀ ਮੇਰੀ ਵਾਰ ਮੈਂ ਵਾਰੀਆਂ ਨਹੀਂ ਸਭੀ ਹੂੰ ਤੇ ਫਿਰ ਸਲੀਮ ਹੋਣੀ ਵੀ ਇਸ ਗੀਤ ਨੂੰ ਕੌਂਦੇ ਰੇ ਪਛਾਣੂਗਾ ਕੌਂਦੇ ਰੇ ਸਭੀ ਨਾ ਬੰਦੇ ਰੇ ਅੱਛਾ ਮੈਨੂੰ ਇਹਦੇ ਸਿਰ ਦਦਾਰ ਸੰਧੂ ਨਾਲ ਹੀ ਸਮਾਂ ਬਤਾਜੇ ਦਦਾਰ ਸੰਧੂ ਦੇ ਉੱਤੇ ਤਾਂ ਕੱਲੇ ਦੇ ਉੱਤੇ ਹਾਂਜੀ ਮਤਲਬ ਕਿਤਾਬ ਲਿਖੀ ਜਾ ਸਕਦੀ ਆ ਉਹ ਕਿੰਨਾ ਕ੍ਰੀਏਟਿਵ ਸੀ ਉਹਨੇ ਮੈਨੂੰ ਕਹਿਣਾ ਤੂੰ ਮੇਰੇ ਨਾਲ ਪੈੰਡ ਚੱਲ ਗੱਲਾਂ ਬਾਤਾਂ ਕਰ ਤੇ ਮੈਨੂੰ ਉਹ ਜੋ ਆਈਡੀਆ ਆ ਜਾਂਦਾ ਅੱਛਾ ਉਹ ਮੈਂ ਕਿਤੇ ਤੁਰੇ ਜਾਂਦੇ ਨਹਿਰੇ ਡੇਰੇ ਸਕੂਟਰ ਤੇ ਚਲੇ ਜਾਂਦੇ ਸੀ ਜੀ ਹਾਂਜੀ ਹਾਂਜੀ ਬਹੁਤ ਜ਼ਿਆਦਾ ਜਾਂਦਾ ਰਿਹਾ ਪਰਵਾਲ ਇੱਕ ਕਟਨ ਦੱਸਦੰ ਨਾ ਮੈਂ ਉਹਨੂੰ ਕਿਹਾ ਦਦਾਰ ਹਮੇਸ਼ਾ ਗੀਤਕਾਰ ਆਖਰੀ ਅੰਤਰੇ ਦੇ ਵਿੱਚ ਨਾ ਪਾਉਂਦੇ ਆ ਤੇ ਇਹਨੂੰ ਗੀਤ ਨੂੰ ਕਦੇ ਸਿਰ ਪਰ ਨਹੀਂ ਵੀ ਕੀਤਾ ਜਾ ਸਕਦਾ ਉਹ ਕਹਿੰਦਾ ਵੀ ਆਈਡੀਆ ਵਧੀਆ ਲੈ ਦੋ ਤਿੰਨ ਦਿਨ ਬਾਅਦ ਉਹਨੇ ਸੁਣਾਤਾ ਉਹ ਕਹਿੰਦਾ ਲੈ ਪਹਿਲੀ ਸਤਰ ਚ ਹੀ ਪਾਤਾ ਅੱਛਾ ਜੀ ਹੁਣ ਵੀ ਗੀਤਕਾਰ ਹੀ ਕੰਨ ਲੱਗ ਪਏ ਜੀ ਹਾਂ ਉਹ ਕਹਿੰਦਾ ਕਿ ਚਤੋ ਪੈਰ ਰਹਿੰਦਾ ਵੇ ਦਦਾਰ ਤੇਰਾ ਨਾਲ ਨੱਚਦਾ ਬੋਲਾਂ ਦੇ ਉੱਤੇ ਮੇਰੇ ਤੇ ਉਹ ਗੁੰਦਸ ਟੋਆ ਪੱਟ ਨਹੀਂ ਮੈਂ ਦੱਬਾ ਕਿਹੜੇ ਥਾਂ ਦਿੱਤੇ ਹੋਏ ਦਲਾਸੇ ਤੇਰੇ ਅੱਛਾ ਇਨਾ ਕ੍ਰੀਏਟਿਵ ਸੀ ਤੋਪਾਤੋਆ ਇਸੇ ਤਰ੍ਹਾਂ ਹੀ ਘਗਰੇ ਦੀ ਲਾਉਣ ਭੇਜ ਗਈ ਦੇ ਨਾਲ ਬੜੀਆਂ ਦਿਲਚਸਪ ਗੱਲਾਂ ਜੁੜੀਆਂ ਹੋਈਆਂ ਸੁੱਕਾ ਕੰਨੀ ਦੇ ਕੇਾਰੇ ਵਾਂਗੂ ਜੀਠ ਰਹਿ ਗਿਆ ਤੇ ਉਹ ਮੈਂ ਮੇਰੇ ਸਾਹਮਣੇ ਉਹਦੀਆਂ ਰਿਹਰਸਲਾਂ ਹੁੰਦੀਆਂ ਰਹੀਆਂ ਲਿਖਦਾ ਰਿਹਾ ਉਹਦੇ ਗੀਤ ਮੈਂ ਤੇ ਪਾਛ ਤਾਂ ਕਈ ਥਾਈਂ ਗਾਉਂਦੇ ਰਹੇ ਕਵੀ ਦਰਬਾਰਾਂ ਦੇ ਵਿੱਚ ਨਾ ਐਚ ਐਮ ਬੀ ਤੋਂ ਰਿਲੀਜ਼ ਹੋਣੇ ਹੁੰਦੇ ਸੀ ਹੂੰ ਉਹ ਤੋਂ ਪਹਿਲਾਂ ਸੁਣਾ ਦਿੰਦੇ ਸੀ ਉਹ ਕਿਤੇ ਕਈ ਥਾਈਂ ਆ ਫਿਰ ਦੱਸਣੀ ਚਾਹੁੰਦਾ ਗੱਲ ਕਈ ਥਾਈਂ ਲੋਕਾਂ ਨੂੰ ਭੁਲੇਖਾ ਇਹ ਭੁਲੇਖਾ ਕਿ ਪਾਛ ਦੇ ਕੁਝ ਲਿਖੇ ਹੋਏ ਗੀਤ ਦਦਾਰ ਨੇ ਗਾਏ ਪਾਸ਼ਨੇ ਇਦਾਂ ਦਾ ਕੋਈ ਗੀਤ ਨਹੀਂ ਲਿਖਿਆ ਜਿਹੜਾ ਦਦਾਰ ਨੇ ਗਾਇਆ ਹੋਵੇ ਅੱਛਾ ਫਿਰ ਉਹ ਕਿਤੇ ਮਸ਼ਾਇਰੇ ਚ ਗਾਏ ਗਏ ਲੋਕਾਂ ਨੂੰ ਇਹ ਲੱਗਾ ਕਵੀ ਦਰਬਾਰ ਦੀ ਸਵਾਗਤ ਹੈ ਗੈਰ ਹਸੀ ਪੱਤਰ ਦੇ ਕਮਰੇ ਚ ਬੈਠੇ ਆ ਅੱਛਾ ਜੀ ਪਟਿਆਲੇ ਗਏ ਉੱਥੇ ਗੁਰਪ੍ਰਗਤ ਹੁਣਾਂ ਨੂੰ ਮਿਲ ਪਏ ਡਾਕਟਰ ਦਲੀਪ ਕੌਰ ਟਵਾਰ ਦਾ ਹਸਬੰਡ ਭਵਿੰਦਰ ਕੋਲੇ ਬੈਠੇ ਉਹ ਕਹਿੰਦੇ ਸੀ ਪਾਸ਼ ਕੋਈ ਨਵੀਂ ਕਵਤਾ ਸੁਣਾ ਉਹ ਕਹਿੰਦਾ ਸੀ ਕਵਤਾ ਨਹੀਂ ਸੁਣਾਉਣੀ ਅਸੀਂ ਗੀਤ ਸੁਣਾਉਣਾ ਅਗੇ ਸੁਣਾ ਉਹ ਵੀ ਦਦਾਰ ਸੰਧੂ ਦਾ ਹੁੰਦਾ ਸੀ ਉਹ ਲੋਕ ਉਹ ਦਦਾਰ ਸੰਧੂ ਦਾ ਹੁੰਦਾ ਸੀ ਉਹ ਕਿਉਂਕਿ ਮੈਨੂੰ ਪਤਾ ਹੁੰਦਾ ਸੀ ਵੀ ਆਹ ਰਿਕਾਰਡ ਆ ਰਿਹਾ ਹੈ ਜੋ ਜੀਠ ਲਿਆਇਆ ਨਹੀਂ ਦਿੱਲੀੋਂ ਸਰਮੇਦਾਨੀ ਅਸੀਂ ਦੋਹਾਂ ਨੇ ਵਾਰੀ ਵਾਰੀ ਅੱਧੀ ਦੀ ਲਾਈਨ ਬੋਲ ਦੇਣੀ ਅੱਛਾ ਇਸ ਵਿੱਚ ਤੇਰਾ ਫਾਇਦਾ ਹੋ ਜੂ ਆਪੇ ਜੀਠ ਅਲੈਦਾ ਹੋ ਜੂ ਜਗ ਵਿੱਚ ਮਾਣ ਬਕਾਇਦਾ ਹੋ ਜੂ ਬੱਕਰਾ ਬੋਲ ਦੀ ਰਾਖੀ ਕਹਿਣ ਤੋਂ ਹਟ ਜੂ ਸੰਧੂ ਦੀ ਢਾਣੀ ਜੀਠ ਲਿਆਇਆ ਨਹੀਂ ਦਿੱਲੀੋਂ ਸਰਮੇਦਾਨੀ ਉਹ ਐਵੇਂ ਇੱਕ ਭੁਲੇਖਾ ਫਿਰ ਜਿਹੜੀਆਂ ਮਿੱਠਾ ਬਣਨੀਆਂ ਤੋੜਨੀਆਂ ਬੜੀਆਂ ਔਖੀਆਂ ਹੋ ਜਾਂਦੀਆਂ ਹਮ ਹਮ ਇਹ ਕੱਲੇ ਕੱਲੇ ਵਿਅਕਤੀ ਨੂੰ ਕੌਣ ਦੱਸਦਾ ਫਿਰੇ ਕੌਣ ਦੱਸਦਾ ਫਿਰੇ ਕੋਈ ਇੱਕ ਵੀ ਐਸੀ ਗੱਲ ਨਹੀਂ ਜੇ ਹੁੰਦੀ ਤਾਂ ਅਸੀਂ ਹੁੱਬ ਕੇ ਦੱਸ ਦੇਣਾ ਸੀ ਹਮ ਹਮ ਪੀਸ ਚ ਖੜੀ ਸੰਦੂਸਾਬ ਮੈਨੂੰ ਪਤਾ ਹੈ ਕਿ ਤੁਹਾਡੇ ਕੋਲੇ ਗੱਲਾਂ ਦਾ ਤੁਹਾਡੇ ਕੋਲੇ ਗੀਤਾਂ ਦਾ ਤੁਹਾਡੇ ਕੋਲ ਤਜਰਬੇ ਦਾ ਵਡਮੁੱਲਾ ਖਜ਼ਾਨਾ ਹੈ ਜੀ ਪਰ ਸਮਾਂ ਤੁਹਾਨੂੰ ਪਤਾ ਹੈ ਕਿ ਦੌੜ ਜਾਂਦਾ ਹੈ ਖਿਸਕਾ ਲੈਂਦਾ ਜੀ ਕੰਨੀ ਬਿਲਕੁਲ ਹੁਣ ਆਪਾਂ ਆਖਰੀ ਪੜਾਵਲ ਨੂੰ ਵੱਧ ਰਹੇ ਹਾਂ ਬਹੁਤ ਸਾਰੀਆਂ ਯਾਦਾਂ ਤੁਹਾਡੀਆਂ ਬਹੁਤ ਸਾਰੇ ਕਲਾਕਾਰਾਂ ਨਾਲ ਜੁੜੀਆਂ ਹੋਈਆਂ ਨੇ ਮੈਨੂੰ ਲੱਗਦਾ ਸੀ ਮੈਂ ਸਾਰੀਆਂ ਪੁੱਛ ਲਵਾਂਗਾ ਪਰ ਸਮਾਂ ਕਹਿੰਦਾ ਨਹੀਂ ਹਾਂ ਹੁਣ ਮੈਨੂੰ ਇਹ ਦੱਸੋ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਦਿਲ ਵਿੱਚ ਇੱਛਾ ਸੀ ਕਿ ਕੁਲਦੀ ਮਾਨਕ ਸਾਹਿਬ ਮੈਨੂੰ ਗਾਉਣ ਕੋਈ ਹੋਰ ਇੱਛਾ ਹੈ ਅਦੂਰੀ ਇਸ ਤਰ੍ਹਾਂ ਦੀ ਕਿ ਨੂੰ ਫਲਾਣਾ ਕਲਾਕਾਰ ਗਾ ਦੇ ਨੀ ਮੈਂ ਤਾਂ ਮੈਂ ਇਸ ਮਾਮਲੇ 'ਚ ਬਹੁਤ ਸੰਤੁਸ਼ਟ ਆ ਅੱਛਾ ਜੀ ਤੇ ਸਬਰ ਸੰਤੋਖ ਸੰਤੁਸ਼ਟਾ ਮੈਨੂੰ ਇਦਾਂ ਦਾ ਨਹੀਂ ਲੱਗਦਾ ਕਿ ਵੀ ਮੈਂ ਸਕਾਂ ਰੱਬ ਦਾ ਸ਼ੁਕਰਗੁਜ਼ਾਰ ਆ ਤੇ ਲੋਕਾਂ ਦਾ ਵੀ ਵੀ ਇੱਕ ਰਾਈਟਰ ਨੂੰ ਇੰਨਾ ਕੁ ਮਾਣ ਪਿਆਰ ਨਹੀਂ ਮਿਲਦਾ ਹੁੰਦਾ ਜਿੰਨਾ ਕਿ ਮੈਨੂੰ ਮਿਲ ਗਿਆ ਮੈਂ ਤਾਂ ਕੀ ਕਹਣਾ ਲੋਕ ਕੀ ਕਹਿੰਦੇ ਆ ਸਾਡਾ ਕਲਾਕਾਰ ਭਾਈਚਾਰੇ ਕਹਿੰਦਾ ਹੁੰਦਾ ਉਹ ਕਹਿੰਦਾ ਵੀ ਚੰਗੇ ਸਿੰਗਰ ਵਰਗੀ ਤੇਰੀ ਪਛਾਣ ਪਛਾਣ ਦਰਸਤ ਕਾਲ ਇਹ ਪਹਿਲਾਂ ਆਟੋਗ੍ਰਾਫ ਲੈਂਦੇ ਸੀ ਹੁਣ ਸੈਲਫੀਆਂ ਲੈਣ ਲੱਗ ਗਏ ਹੂੰ ਹੂੰ ਤੇ ਉਹ ਕਿਤੇ ਵੀ ਆਪਣਾ ਸ਼ੁਗਲ ਦੀ ਗੱਲ ਦੱਸਦਾ ਇੱਕ ਵਾਰ ਜਲੰਧਰ ਵਿਆਹ 'ਚ ਇਕੱਠੇ ਹੋ ਗਏ ਵਿਜੇ ਧਮੀ ਹੋਰ ਪੂਰੀ ਬਚਨ ਬੇਦਲ ਹੂੰ ਹੂੰ ਅਸੀਂ ਪ੍ਰਗਟ ਮਸਤੂ ਆਣਾ ਹਾਂ 10 15 ਮੈਂ ਕਿਹਾ ਆਪਾਂ ਰਾਈਟਰ ਜੇ ਇਕੱਠੇ ਹੋਏ ਆ ਇਕੱਠੀ ਫੋਟੋ ਕਰਾਈਏ ਹਾਂਜੀ ਤੇ ਵੇਦਲ ਹੁਣਾਂ ਨਾਲ ਸਾਡਾ ਸਾਡਾ ਆਸ ਵਿੱਚ ਸਾਡਾ ਪਿਆਰ ਬਹੁਤ ਆ ਬਿਲਕੁਲ ਤੇ ਉਦੋਂ ਬਾਅਦ ਵੇਦਲ ਦੇ ਜਦ ਦੁਗ ਪੈਗ ਲੱਗ ਗਏ ਤੇ ਉਹਨੇ ਫਿਰ ਪਰਾਂ ਜਾ ਕੇ ਕਿਹਾ ਕਹਿੰਦਾ ਵੀ ਅੱਗੋਂ ਤੋਂ ਮੈਂ ਨਹੀਂ ਸੰਧੂ ਦੇ ਨਾਲ ਬਹਿਣਾ ਅੱਛਾ ਜੀ ਲੋਕ ਆਉਂਦੇ ਆ ਮੈਨੂੰ ਪਾਸੇ ਜਾ ਕਰਕੇ ਸੰਧੂ ਨੂੰ ਫੋਟੋ ਖਿਚਾ ਕੇ ਤੁਰ ਜਾਂਦੇ ਆ ਤੇ ਦੇਖੋ ਕਹਿੰਦਾ ਆ ਮੇਰਾ ਤੰਦੂ ਤੇ ਤਾਂ ਕਈ ਸਾਲੋਂ ਕੋਈ ਗੀਤ ਹੀ ਨਹੀਂ ਹਿੱਟ ਹੋਇਆ ਜਾਂ ਆਈ ਨਹੀਂ ਹੈ ਅ ਮੇਰਾ 128 ਸਾਲਾ 118 ਸਾਰੇ ਥਾਵਾਂ ਤੇ ਵਜਦਾ ਮੈਨੂੰ ਫੋਟੋ ਨਿਕਝਾਉਂਦੇ ਗੱਲ ਉਹਦੀ ਵੈਸੇ ਠੀਕ ਸੀ ਹਾਂ ਹਾਂ ਉਹਨੇ ਵੈਸੇ ਇਹ ਗੱਲ ਹੈ ਦਰਸਤ ਹੈ ਕਿ ਬਹੁਤ ਸਾਰੇ ਗੀਤਕਾਰ ਬਹੁਤ ਵੱਡੇ ਨਾ ਹੁੰਦੇ ਨੇ ਪਰ ਪਛਾਣ ਨਹੀਂ ਬਣਦੀ ਹਾਂਜੀ ਉਹਨਾਂ ਨੂੰ ਪਤਾ ਨਹੀਂ ਲੱਗਦਾ ਕਿ ਵਿਅਕਤੀ ਕੌਣ ਹੈ ਬਿਲਕੁਲ ਤੁਹਾਡੀ ਇਸ ਗੱਲ ਵਿੱਚ ਦੁਰਾਵਾ ਜਬ ਉਹਦੀ ਵਜ੍ਹਾ ਇਉਂ ਹੋਇਆ ਵੀ ਮੈਂ ਗੀਤਕਾਰ ਤੇ ਪੇਸ਼ਕਾਰ ਦੋਵੇਂ ਸੀਗਾ ਹਾਂ ਤੇ ਇੰਨੇ ਸਾਲ ਜਿਹੜੇ 7 ਸਾਲ ਟੀ ਸੀਰੀਜ਼ ਦੇ ਨਿਊ ਇਅਰ ਪ੍ਰੋਗਰਾਮ ਬਣਾਏ ਬਸਾਕੀ ਪ੍ਰੋਗਰਾਮ ਫਿਰ ਬੱਬੂ ਮਾਨ ਦੀ ਕੰਪਨੀ ਨਾਲ 0.0 ਨਾਲ 3 ਸਾਲ ਬਣਾਏ ਫਿਰ ਜਲੰਧਰੋਂ ਮੈਥੋਂ 1.5 2 ਸਾਲ ਪ੍ਰੋਗਰਾਮ ਪੇਸ਼ ਕਰਵਾਉਂਦੇ ਰਹੇ ਜੀ ਉਹ ਚੈਨਲਾਂ ਤੇ ਤੇ ਆਪਣਾ ਟੀਵੀ ਦੇ ਉੱਤੇ ਮੀਡੀਆ ਨੇ ਪਹਿਚਾਣ ਮੀਡੀਆ ਨੇ ਇਹ ਸ਼ਾਇਦ ਵੀ ਇੱਕ ਵੱਡਾ ਕਾਰਨ ਹੋਵੇ ਕਈ ਵਾਰੀ ਹੁੰਦਾ ਹੈ ਕਿ ਆਪਾਂ ਕੋਈ ਗੀਤ ਲਿਖ ਲੈਂਦੇ ਆ ਉਹ ਰਿਕਾਰਡ ਵੀ ਹੋ ਜਾਂਦਾ ਬਾਅਦ ਦੇ ਵਿੱਚ ਇਹ ਇਨਸਾਨ ਨੂੰ ਇਹ ਰਹਿੰਦਾ ਯਾਰ ਇਹ ਗੀਤ ਲਿਖਿਆ ਵੀ ਗਲਤ ਗਿਆ ਇਹ ਗਵਾਇਆ ਵੀ ਕਿਸੇ ਬੰਦੇ ਤੋਂ ਗਲਤ ਗਿਆ ساری ਉਮਰ ਇਨਸਾਨ ਝੂੜਦਾ ਰਹਿੰਦਾ ਹੈ ਕਦੇ ਇਸ ਤਰ੍ਹਾਂ ਦਾ ਹੈ ਜੀ ਕੁਝ ਇਹ ਰਿਕਾਰਡਡ ਕੀਤਾ ਨਾ ਤਾਂ ਨਹੀਂ ਹੋਇਆ ਅੱਛਾ ਇੱਕ ਤਾਂ ਹੋਰ ਮੈਂ ਇਹਨਾਂ ਗੱਲਾਂ 'ਚ ਇਹ ਵੀ ਗੱਲ ਦੱਸ ਦਿਆਂ ਵੀ ਚਾਹੇ ਬਿੱਟੀ ਨੇ ਗਾਏ ਚਾਹੇ ਵਾਰਿਸ ਨੇ ਚਾਹੇ ਸਰਬਜੀਤ ਚੀਮੇ ਨੇ ਵੰਨ ਰੱਖੀ ਨੇ ਹੰਸ ਰਾਜ ਨੇ ਜੀ ਮੇਰੇ ਗੀਤਾਂ ਦੀਆਂ 99% ਜਿਹੜੀਆਂ ਤਰਜ਼ਾਂ ਕੰਪੋਜੀਸ਼ਨ ਉਹ ਮੇਰੀਆਂ ਹੁੰਦੀਆਂ ਸੀ ਅੱਛਾ ਜੀ ਸੰਗੀਤਕਾਰ ਜਾਂ ਗਾਇਕੇ ਸਮਝਦੇ ਵੀ ਸੀ ਜਿਵੇਂ ਨਹੀਂ ਵੀ ਸੀ ਪਹਿਲਾਂ ਕੋਈ ਗਾ ਕੇ ਗੁੰਗਣਾ ਕੇ ਬੋਲਦਾ ਤਾਂ ਉਹ ਕਹਿੰਦੇ ਸੀਗੇ ਵੀ ਤੂੰ ਦੱਸ ਤੂੰ ਇਹਨੂੰ ਕਿਵੇਂ ਚਿਤਪਿਆ ਹੋਇਆ ਅੱਛਾ ਉਹਦੇ ਨੇੜ ਤੇੜ ਬਣਾ ਲੈਂਦੇ ਹੋਣਗੇ ਉਹ ਉਹੀ ਜ਼ਿਆਦਾ ਹਿੱਟ ਹੁੰਦੀਆਂ ਰਹੀਆਂ ਕਿਉਂਕਿ ਮੈਂ ਜਰਾ ਵੈਸੀ ਮੈਂ ਮੈਂ ਗਾ ਕੇ ਦੱਸ ਸਕਦਾ ਸੀ ਅੱਛਾ ਜੀ ਸਾਰੇ ரைਟਰ ਗਾ ਕੇ ਦੱਸ ਨਹੀਂ ਸਕਦੇ ਇਹ ਵੀ ਪ੍ਰੋਬਲਮ ਹੁੰਦੀ ਆ ਦੂਸਰੀ ਗੱਲ ਮੇਰੇ ਬਹੁਤ ਸਾਰੇ ਮੇਥੋਂ ਗੀਤ ਇਦਾਂ ਦੇ ਲਿਖ ਹੋ ਗਏ ਜੋਨੇ ਮੈਨੂੰ ਆਪ ਹੀ ਲੱਗਿਆ ਛੱਡ ਬਣਾ ਯਾਰ ਇਹ ਦਸਰਾ ਲਿਖਿਆ ਤਾਂ ਗਿਆ ਇਹ ਰਿਕਾਰਡ ਕਰਾਉਣ ਵਾਲਾ ਨਹੀਂ ਹੈ ਜਿਨ੍ਹਾਂ ਚ ਕਿਤੇ ਡਬਲ ਮੀਨਿੰਗ ਜਾਂ ਲੱਗੇ ਕਿਤੇ ਜ਼ਿਆਦਾ ਵਾਇਲੈਂਸ ਜੀ ਲੱਗੇ ਇਸ ਤਰ੍ਹਾਂ ਦੇ ਬਹੁਤ ਗੀਤ ਹੈ ਜਿਹੜੇ ਮੈਂ ਆਪ ਦੇ ਲਿਖੇ ਆਪ ਹੀ ਰੱਦ ਕਰਦੇ ਜਿਨ੍ਹਾਂ ਚ ਇੱਕ ਗੀਤ ਜਿਵੇਂ ਆ ਸੀ ਬਈ ਮੇਰੀ ਹਾਂ ਦੇ ਵਿੱਚ ਵੀ ਨਾ ਮੁੰਡਿਆ ਮੇਰੇ ਨਾਂ ਦੇ ਵਿੱਚ ਵੀ ਹਾਂ ਮੁੰਡਿਆ ਜੇ ਰمز ਇਸ਼ਕ ਦੀ ਪਤਾ ਨਹੀਂ ਤੂੰ ਜਾ ਖਸਮਾਂ ਨੂੰ ਖਾ ਮੁੰਡਿਆ ਨਾ ਖੁੱਲ ਕੇ ਹਾਂ ਤੂੰ ਕਰਦੀ ਐ ਨਾ ਖੁੱਲ ਕੇ ਨਾ ਤੂੰ ਕਰਦੀ ਐ ਤੇਰੀ ਸੋਚ ਸੀ 80 ਬਣ ਗਈ ਨਹੀਂ ਗੱਲ ਗੋਲ ਮੋਲ ਜੀ ਕਰਦੀ ਆ ਮੈਨੂੰ ਲੱਗਿਆ ਚੱਲੂ ਜਾ ਗੀਤ ਮੈਨੂੰ ਰਹਿਣ ਤੋਂ ਛੱਡੋ ਪਰ ਇਹਨਾਂ ਦੇ ਬਹੁਤ ਸਾਰੇ ਹੋਏ ਕਦੇ ਇਹ ਹੋਇਆ ਹੈ ਕੋਈ ਗੀਤ ਤੁਸੀਂ ਲਿਖਿਆ ਤੁਹਾਨੂੰ ਲੱਗਦਾ ਸੀ ਬਹੁਤ ਵੱਡਾ ਗੀਤ ਬਣ ਜਾਣਾ ਕਿਸੇ ਇਸ ਤਰ੍ਹਾਂ ਦੇ ਕਲਾਕਾਰ ਨੂੰ ਦਿੱਤਾ ਗਿਆ ਉਹ ਪਤਾ ਵੀ ਨਹੀਂ ਕਿਸੇ ਨੂੰ ਲੱਗਿਆ ਉਹ ਚੰਡੀਗੜ੍ਹ ਤੋਂ ਬਾਅਦ ਮਹਾਲੀ ਤੱਕ ਵੀ ਨਾ ਪਹੁੰਚ ਸਕਿਆ ਕਦੇ ਬਾਅਦ ਦੇ ਵਿੱਚ ਬੈਠ ਕੇ ਗੁਣਾ ਘਟਾਓ ਕੀਤੀ ਹੋਵੇ ਲਗਉਤਮ ਕੱਢਿਆ ਹੋਵੇ ਕਿ ਨਹੀਂ ਯਾਰ ਇਹ ਤਾਂ ਸਰਜੀਤ ਕੋਲ ਜਾਣ ਵਾਲਾ ਸੀ ਸਤਵਿੰਦਰ ਬਿੱਟੀ ਕੋਲ ਜਾਣ ਵਾਲਾ ਸੀ ਜਾਂ ਹਾਸ ਕੋਲ ਜਾਣ ਵਾਲਾ ਸੀ ਵੱਡਾ ਗੀਤ ਬਣ ਜਾਣਾ ਸੀ ਹੋਇਆ ਕਦੇ ਹਾਂ ਇਹ ਇਹ ਕਈ ਵਾਰ ਹੋਇਆ ਇਹ ਤਾਂ ਜੀ ਇਸ ਮੇਰੇ ਨਾਲ ਵੀ ਹੋਇਆ ਹੋਰਾਂ ਨਾਲ ਵੀ ਹੋਇਆ ਹਾਂ ਗੁਰਦਾਸ ਮਾਨ ਵੀ ਕਹਿੰਦਾ ਸੀ ਇੱਕ ਵਾਰ ਉਹਦੀ ਸੋਨੋ ਟੋਨ ਚ ਇੱਕ ਕੋਈ ਐਲ ਪੀ ਰਿਕਾਰਡ ਆਇਆ ਸੀ ਜੀ ਕਹਿੰਦਾ ਯਾਰ ਬੜੀ ਰੂਹਦਾਰੀ ਮਾਰੀ ਸੀ ਬੜਾ ਚਾਸ ਹੀ ਮੈਨੂੰ ਉਹ ਹੈ ਗੀਤ ਜੇ ਸਾਹਮਣੇ ਹੀ ਨਹੀਂ ਆਇਆ ਹਾਂ ਇਸੇ ਤਰ੍ਹਾਂ ਜਿਹੜਾ ਜਿਹਦੇ ਚ ਦੁਪੱਟਾ ਗੀਤ ਇਹਨਾਂ ਜ਼ਿਆਦਾ ਚੱਲ ਗਿਆ ਜੀ ਉਹਦੇ ਚ ਇੱਕ ਹੋਰ ਗੀਤ ਸੀ ਕੁੜੀਏ ਪੰਜਾਬ ਦੀ ਤੇਰੀ ਸਿਫਤ ਕਰੀ ਨਾ ਜਾਵੇ ਹਾਂ ਮੈਨੂੰ ਲੱਗਦਾ ਸੀ ਇਹ ਗੀਤ ਯਾਰ ਚੱਲ ਜਾਣਾ ਪਰ ਦੁਪੱਟੇ ਨੇ ਦਬ ਲਿਆ ਹੋ ਗੀਤ ਉਠਿਆ ਹੀ ਨਾ ਇਸੇ ਤਰ੍ਹਾਂ ਪਿੱਛੇ ਜੇ surjit khan ਦੀ ਬਾਜ਼ ਵਿੱਚ ਉਹ ਗੀਤ ਆਇਆ ਉਹ ਮੈਨੂੰ ਯਾਦਾ ਕੋਈ ਸਜਣਾ ਨੇ ਕਿਹਾ ਕਹਿੰਦੇ ਵੀ ਦੇਖ ਐਨ ਉਹ ਜਿਹਾ ਲਿਖਿਆ ਜਿੱਦਾਂ ਦਾ ਪਹਿਲਾਂ ਤੂੰ ਲੱਛੇਦਰ ਭਾਸ਼ਾ ਚ ਲਿਖਦਾ ਸੀ ਅਤਲ ਦਾ ਮਿਊਜ਼ਿਕ ਵੀ ਕਮਾਲਾ surjit khan ਨੇ ਵੀ ਕੱਚਾ ਹੀ ਆਇਆ ਪਰ ਗੀਤ ਚੱਜ ਨਾਲ ਸਾਹਮਣੇ ਨਹੀਂ ਆਇਆ ਉਹਦੀਆਂ ਦੋ ਗਲਾਈਨਾਂ ਐ ਸੀ ਕਿ ਜਿਉਂਦੇ ਜੀ ਹਰ ਬੰਦਾ ਇੱਥੇ ਕਰਦਾ ਸੌ ਸੌ ਹੀਲਾ ਧਰਤੀ ਉੱਤੇ ਕੋਈ ਵੀ ਪੱਕਾ ਗੱਡ ਨਹੀਂ ਸਕਿਆ ਕੀ ਜ਼ਿੰਦਗੀ ਦੇ ਸਾਗਰ ਵਿੱਚ ਸਾਰੇ ਲੂਣ ਵੰਗਰਾ ਖੁਰ ਗਏ ਸਮੇ ਨੂੰ ਜਿਹੜੇ ਬੰਨ ਦਿੰਦੇ ਸੀ ਵਾਰੀ ਵਾਰੀ ਤੁਰ ਗਏ ਹਾਏ ਜਮਲਾ ਭਾਵੇਂ ਮਾਨਕ ਜਾਂ ਫਿਰ ਬਿੰਦ ਰਖੀਆ ਚਮਕੀਲਾ ਧਰਤੀ ਉੱਤੇ ਕੋਈ ਵੀ ਪੱਕਾ ਗੱਡ ਨਾ ਸਕੇ ਇਕੀਲਾ ਅੱਛਾ ਮੈਨੂੰ ਇਹ ਦੱਸਿਓ ਜਗਦੀਪ ਮਾਨ ਨਾਲ ਤੁਹਾਡਾ ਕੀ ਨਾਤਾ ਕਈ ਵਾਰੀ ਮੈਂ ਉਹ ਗੀਤ ਸੁਣੇ ਉਹ ਸਿਰਫ ਜਗਦੀਪ ਮਾਨ ਦਾ ਨਾਂ ਸੀ ਜਦੋਂ ਉਹ ਬਾਅਦ ਦੇ ਵਿੱਚ ਹਾਂਸ ਰਾਜ ਹਾਸਤੇ ਕੋਲ ਵੀ ਆਉਂਦਾ ਪੰਛੀ ਉੜ ਗਏ ਨੇ ਉਹ ਤੁਹਾਡਾ ਵੀ ਹੈ ਤੇ ਫਿਰ ਜਗਦੀਪ ਮਾਨ ਦਾ ਵੀ ਹੈ ਜਗਦੀਪ ਮਾਨ ਨਾਲ ਮੇਰਾ ਬਹੁਤ ਜ਼ਿਆਦਾ ਪਿਆਰ ਸੀ ਜਗਦੀਪ ਮਾਨ ਨੇ ਮੈਂ ਕਹਿੰਦਾ ਸਤਾਦੀ ਸ਼ਗਿਰਦੀ ਦੀ ਰਸਮ ਕੀਤੀ ਸੀ ਮੇਰੇ ਜੀ ਗਾਨਾ ਵੀ ਬੰਨਿਆ ਸੀਗਾ ਮੈਂ ਉਹਦੇ ਗਾਨਾ ਬੰਨਿਆ ਗੁਰਪ੍ਰਚਨ ਗਿੱਲ ਉਹਨਾਂ ਨੇ ਇਹ ਰਸਮ ਕਰਵਾਈ ਸੀ ਜੀ ਉਹਦੇ ਵਿੱਚ ਕਈ ਵਾਰ ਪਿਆਰ ਚੋਂ ਸ਼ਰਦਾ ਦੇ ਵਿੱਚੋਂ ਇਹ ਜਗਦੇਵ ਮਾਨ ਕਹਿੰਦਾ ਨਹੀਂ ਇਹਦੇ ਚ ਤਾਂ ਮੈਂ ਤੁਹਾਡਾ ਨੌ ਪੌਣਾ ਪੌਣਾ ਅੱਛਾ ਕਿਸੇ ਦੇ ਵਿੱਚ ਉਹਨੇ ਇੱਕ ਸੁਖਜੀਤ ਗਰੇਵਾਲ ਤੋਂ ਗੀਤ ਗਵਾਇਆ ਉਹਦੇ ਵਿੱਚ ਇੱਥੋਂ ਤੱਕ ਵੀ ਪਾਤਾ ਪੰਛੀ ਚ ਜਿਵੇਂ ਪਾਇਆ ਉਹ ਜੋ ਉਹਨੇ ਪਾਇਆ ਵੀ ਸੰਤੂ ਸ਼ਮਸ਼ੇਰ ਦਾ ਚੇਲਾ ਜਗਦੇਵ ਮਾਨ ਨਹੀਂ ਅੱਛਾ ਐਂ ਜੀ ਵੀ ਵੈਰੀ ਨਾਈਸ ਔੜਪੁਰੀ ਦੇ ਕੁਛ ਗੀਤਾਂ ਚ ਵੀ ਇਸ ਤਰ੍ਹਾਂ ਇਸ ਤਰ੍ਹਾਂ ਉਹ ਗੱਲ ਨਹੀਂ ਤੁਹਾਡੇ ਭਾਈ ਜੀ ਮੈਂ ਤੁਹਾਡੀ ਹਾਜ਼ਰੀ ਲਵਾਉਣੀ ਆ ਅੱਛਾ ਜੀ ਤੇ ਮੈਂ ਉਹਨੂੰ ਕਹਿੰਦਾ ਵੀ ਤੁਹਾਨੂੰ ਬਾਅਦ ਵਿੱਚ ਐਵੇਂ ਦਸਰਾ ਫੇਰ ਇਹ ਫਿਰ ਫਿਰ ਮੁੜ ਕੇ ਸਵਾਇਆਂ ਦਿੰਦੇ ਸਾਨੂੰ ਜਗਦੇਵ ਮੰਦ ਹੈਗੀ ਸੀ ਰੱਬਾ ਮੇਰੇਆ ਬਣਾ ਦੇ ਸ਼ੀਸ਼ਾ ਯਾਰ ਦਾ ਬਿੰਦ ਰੱਖੀ ਤੋ ਗੁਆਰਾ ਲੋਕਾਂ ਨੂੰ ਪਸੰਦ ਵੀ ਆਇਆ ਜਗਦੇਵ ਮੰਨ ਕਹੇ ਉਹਦਾ ਲਿਖਿਆ ਗੀਤ ਕਹਿੰਦਾ ਇਹ ਮੈਂ ਕੋ ਹੋਰ ਕਿਸੇ ਮਿੱਤਰ ਦਾ ਨਾਮ ਪਾਉਣਾ ਚਾਹਣਾ ਅੱਛਾ ਜੀ ਮੈਂ ਕਿਹਾ ਪਹਿਲਾ ਗੀਤ ਚੱਲ ਜਾਣਾ ਫਿਰ 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 ਮੁੜ ਕੇ ਸਵਾਇਆ ਦਿੰਦਾ ਫਿਰੇਗਾ ਕੋਈ ਗੱਲ ਹੋਈਗੀ ਤੇ ਚੱਲ ਗਿਆ ਉਹਦੇ ਚ ਜਿਗਦੇ ਮੰਨਦਾ ਨਾ ਨਹੀਂ ਲਿਖਿਆ ਸਾਰਾ ਉਹ ਤੇ ਨੌ ਤਾਂ ਮੰਦੀਪ ਆਉਂਦਾ ਹਾਂ ਹਾਂ ਅੱਛਾ ਉਹਨਾਂ ਦੇ ਕਿਸੇ ਮਿੱਤਰ ਦਾ ਨਾਂ ਹੈ ਉਹ ਕਿਸੇ ਮਿੱਤਰ ਦਾ ਨਾਂ ਉਹਦੀ ਇੱਛਾ ਸੀ ਅੱਛਾ ਹਾਂ ਹੁਣ ਇੱਕ ਗੀਤਕਾਰ ਜਿਸ ਤਰ੍ਹਾਂ ਤੁਸੀਂ ਦੱਸ ਰਹੇ ਕਿ ਵੱਧ ਤੋਂ ਵੱਧ 20000 ਰੁਪਏ ਤੁਹਾਨੂੰ ਹੰਸਰਾਜ ਹੰਸਨੇ ਦਿੱਤਾ ਤੁਹਾਨੂੰ ਲੱਗਦਾ ਕਿ ਪੰਜਾਬੀ ਜ਼ੁਬਾਨ ਦਾ ਲੇਖਕ ਹੋ ਕੇ ਗੀਤਕਾਰ ਹੋ ਕੇ ਬੰਦਾ ਆਪਣਾ ਪਰਿਵਾਰ ਪਾਲ ਸਕਦਾ ਜੀ ਨਹੀਂ ਮੁਸ਼ਕਲ ਹੈ ਪਰਿਵਾਰ ਪਾਲਣਾ ਮੁਸ਼ਕਲ ਹੈ ਆਪ ਦਾ ਕੀ ਕਹਿੰਦੇ ਵੀ ਜੇ ਤੁਰ ਹੀ ਹੁਲਕੇ ਚੱਲ ਸਕਦਾ ਆ ਜਿਸ ਤਰ੍ਹਾਂ ਦੀ ਹੁਣ ਗੱਲਾਂ ਸੁਣਦੇ ਆ ਹੂੰ ਹੂੰ ਉਸ ਦੇਵthਰੀ ਕੇ ਨਾਲ ਨਹੀਂ ਵੀ ਦੇਖੋ ਨਾਲ ਦੀ ਨਾਲ ਨੌਕਰੀ ਉਹਨਾਂ ਨੇ ਵੀ ਕਈ ਜਿਹੀਆਂ ਕੀਤੀ ਮੈਂ ਵੀ ਨੌਕਰੀ ਕੀਤੀ ਜੀ ਮਾਨ ਮਰਾ ਨਾਲ ਦਾ ਸਾਡੇ ਸਾਰਿਆਂ ਤੋਂ ਲੰਮਾ ਸਫ਼ਰ ਆ ਜੀ ਸਭ ਤੋਂ ਵੱਧ ਉਹਨਾਂ ਨੇ ਪੈਸੇ ਵੀ ਕਮਾਏ ਫਿਰ ਵੀ ਲੇਕਿਨ ਉਹਨੇ ਨਾਲ ਨਾਲ ਖੇਤੀ ਤਾਂ ਕੀਤੀ ਆ ਨਾ ਤੇ ਜਾਂ ਹੋਰ ਕਿਸੇ ਦਾ ਕੋਈ ਕਿਸੇ ਦਾ ਕਿਸੇ ਦਾ ਪੈਟਰੋਲ ਪੰਪ ਆ ਕਿਸੇ ਦਾ ਗੈਸ ਏਜੰਸੀ ਆ ਜੀ ਇਹ ਮੈਨੂੰ ਤਾਂ ਨਹੀਂ ਲੱਗਦਾ ਆ ਜਿਹੜੀਆਂ ਹੁਣ ਗੱਲਾਂ ਸੁਣਦੇ ਆ ਇਹ ਵੀ ਮੇਰਾ ਖਿਆਲ ਹੈ ਕਿਤੇ ਕਿਤੇ ਕੋਈ ਵਾਪਰਦੀਆਂ ਲਗਾਤਾਰ ਨਹੀਂ ਵਾਪਰਨੀਆਂ ਸ਼ਾਇਦ ਲਫਾਫੇਬਾਜ਼ੀ ਵੀ ਹੋਵੇ ਅਸਲੀਅਤ ਉਹਹਾਂ ਦੂਰ ਵੀ ਹੋ ਸਕਦੀ ਹੈ ਗੱਲ ਹਾਂ ਮਤਲਬ ਜਾਨੀ ਹੈਰਾਨ ਕਰਨ ਵਾਲੀਆਂ ਤਾਂ ਹੈਗੀਆਂ ਗੱਲਾਂ ਲੱਗਦੀਆਂ ਸਾਨੂੰ ਸਾਹਿਬ ਬਹੁਤ ਸਾਰੇ ਲੋਕ ਨੇ ਚੰਗਾ ਲਿਖਦੇ ਆ ਨਾਮ ਬਣ ਜਾਂਦਾ ਹੈ ਨਾਵਾਂ ਬਣ ਜਾਂਦਾ ਤੁਹਾਨੂੰ ਇੱਕ ਗੀਤਕਾਰ ਜਿਹੜਾ ਤੁਹਾਨੂੰ ਲੱਗਦਾ ਹੋਵੇ ਵੀ ਯਾਰ ਮੈਂ ਇਹਦਾ ਕਾਇਲ ਹਾਂ ਹੈ ਜੀ ਕੋਈ ਜਿਹੜਾ ਤੁਹਾਨੂੰ ਲੱਗਦਾ ਹੋਵੇ ਯਾਰ ਮੈਨੂੰ ਲੱਗਦਾ ਐ ਇੱਕ ਵਧੀਆ ਲਿਖਦਾ ਸੀ ਤਾਂ ਆ ਬੰਦਾ ਗੀਤਕਾਰ ਤੋਂ ਭਾਵ ਗੀਤ ਲੇਖਕ ਹਾਂਜੀ ਹਾਂ ਇੱਕ ਤਾਂ ਦਦਾਰ ਸੰਧੂ ਮੈਨੂੰ ਬਹੁਤ ਪਸੰਦ ਸੀ। ਅੱਛਾ ਜੀ। ਇੱਕ ਸਾਜਨ ਰਾਏਕੋਟੀ ਬਹੁਤ ਖਾਸ ਸੀ। ਤੇ ਇੱਕ ਮਰਮਰਾੜਾ ਵਾਲਾ। ਤਿੰਨ ਨਹੀਂ। ਇਹ ਤਿੰਨ ਪ੍ਰਾਣਿਆਂ ਦੇ ਵਿੱਚੋਂ ਬੇਹਦ ਪਸੰਦਾ। ਹੁਣ ਵਾਲਿਆਂ ਦੇ ਵਿੱਚ ਜਗਦੇਵ ਮਾਨ ਬਹੁਤ ਅੱਛਾ ਲਿਖ ਰਿਹਾ। ਹੂੰ ਹੂੰ। ਊੜਪੁਰੀ ਬਹੁਤ ਅੱਛਾ ਲਿਖ ਰਿਹਾ। ਕਰਮਜੀਤ ਪੁਰੀ। ਅੱਛਾ। ਅਜੀ ਦੇ ਝੋਨੇ ਵਾਲੇ ਆ। ਹਾਂ। ਲਗਾਤਾਰ ਹਟ ਬਹੁਤ ਵਿਸਭੂਜਾ ਤੇ ਕਰਮਜੀਤ ਪੁਰੀ ਦੀ ਮੈਂ ਥਾਂ-ਥਾਂ ਆਲੋਚਨਾ ਹੁੰਦੀ ਹੁੰਦਾ ਪਰ ਉਹਦੇ ਦੇਖੋ ਉਹਨੇ ਤਾਂ ਜਿਹੜਾ ਗਰੀਬ ਕਿਸਾਨ ਦੇ ਕਿੰਨੇ ਸੋਹਣੇ ਨਕਸ਼ੇ ਖਿੱਚੇ ਹੈ। ਹੈ ਪਾਣੀ ਹੋ ਗਿਆ ਡੂੰਘੇ ਝੋਨਾ ਲਾ ਉਹਦੇ ਜੇ ਚੰਗੇ ਕੀਤਾ ਦੀ ਵੀ ਗੱਲ ਕਰੀਏ ਮੁੰਡਾ ਬਹੁਤ ਅੱਛਾ ਲਿਖ ਰਿਹਾ ਹੋਰ ਵਿੱਚ ਵਿੱਚ ਦੂਸਰਾ ਟਾਮੇਟਾ ਵਿੱਚ ਹੋਰ ਵੀ ਲਿਖਣ ਵਾਲੇ ਹੈਗੇ ਆ ਗੁਰਦਾਸ ਮਾਨ ਸਾਹਿਬ ਨਾਲ ਵੀ ਤੁਹਾਡੀ ਕਾਫੀ ਨੇੜਤਾ ਹਾਂਜੀ ਮਾਨ ਸਾਹਿਬ ਦੇ ਬਾਰੇ ਤਾਂ ਲੋਕ ਕਹਿੰਦੇ ਆ ਕਿ ਯਾਰ ਇਹ ਡਰਾਮਾ ਕਰਦਾ ਹੂੰ ਕਈ ਲੋਕ ਕਹਿੰਦੇ ਨਹੀਂ ਯਾਰ ਰੱਬ ਦੀ ਰੂਹ ਹੈ ਕੀ ਕਹਾਂਗੇ ਥੋੜੇ ਸ਼ਬਦਾਂ ਵਿੱਚ ਮਾਨ ਸਾਹਿਬ ਬਾਰੇ ਮਾਨ ਸਾਹਿਬ 70 80% ਤੱਕ ਅੰਦਰੋਂ ਫੱਕਰ ਫਕੀਰ ਮੈਂ ਉਹਨੂੰ ਧੁੱਪਾਂ ਛਾਵਾਂ ਦੇਖਿਆ ਮੈਂ ਉਹਨੂੰ ਰੋਂਦਿਆਂ ਵੀ ਦੇਖਿਆ ਹੱਸਦਿਆਂ ਵੀ ਦੇਖਿਆ ਮੈਂ ਗੈਰ ਰਸਮੀ ਰੂਪ ਦੇ ਵਿੱਚ ਪਟਿਆਲੇ ਵੇਲੇ ਵੀ ਉਹਦੇ ਬਿਜਲੀ ਬੋਰਡ ਵਾਲੇ ਮਕਾਨ ਚ ਜਾਂਦਾ ਰਿਆ ਤੇ ਉਹ ਡਰਾਮੇ ਵਾਲੀ ਗੱਲ ਨਹੀਂ ਆ ਉਹ ਆਰਟਿਸਟ ਹੋਣ ਕਰਕੇ ਪਰਫਾਰਮਰ ਪਰਫਾਰਮਰ ਹੋਣ ਪਰ ਜਦੋਂ ਅਮਤਾਬਚਨ ਧਰਮਿੰਦਰ ਹੁਣੇ ਰੋਂਦੇ ਆ ਉਹ ਡਰਾਮਾ ਹੀ ਕਰਦੇ ਆ ਦਰਸਤ ਡਰਾਮੇ ਨੂੰ ਇੰਨਾ ਸੀਮਿਤ ਬਣਾ ਲਿਆ ਜਾਵੇ ਲੇਕਿਨ ਤੁਸੀਂ ਦੇਖੋ ਕਿ ਉਹ ਜਿੰਨਾ ਵਧੀਆ ਨੱਚਦਾ ਜਿੰਨਾ ਵਧੀਆ ਗਾਉਂਦਾ ਲਿਖਦਾ ਕਿੰਨਾ ਵਧੀਆ ਕਮਾਲ ਕਮਾਲ ਉਹਦੇ ਉਹਦੇ ਗੀਤਾਂ ਦੇ ਵਿੱਚ ਕਿਵੇਂ ਸੁਨੇਹਾ ਹੁੰਦਾ ਹੈ ਜਿਹੜੀ ਅੱਖ ਨਾਲ ਪੜ੍ਹਨਾ ਸੀ ਉਹ ਅੱਖ ਜੋਗੀ ਨਾਲ ਲੜ ਗਈ ਹੂੰ ਬਹਿ ਕੇ ਵੇਖ ਜਵਾਨਾ ਬਾਬੇ ਭੰਗੜਾ ਪਾਉਂਦੇ ਨੇ ਉਹਦੇ ਲੱਖਾਂ ਕਰੋੜਾਂ ਜਿਹੜੇ ਪ੍ਰਸ਼ੰਸਕ ਆ ਮੈਂ ਵੀ ਉਹਨਾਂ ਚੋਂ ਇੱਕ ਸਾਨੂੰ ਸਭ ਗੱਲਾਂ ਬਾਤਾਂ ਕਰਦਿਆਂ ਸਮੇਂ ਦੀ ਸਮਾਪਤੀ ਹੈ ਕਿਤੇ ਫੇਰ ਸਬਾਬਾਂ ਨੇ ਆ ਫੇਰ ਗੱਲਾਂ ਬਾਤਾਂ ਕਰਾਂਗੇ ਜੀ ਸਮਾਂ ਦੇਣ ਵਾਸਤੇ ਤੁਹਾਡਾ ਤਹਿ ਦਿਲੋਂ ਧੰਨਵਾਦ ਸਤਿ ਸ਼੍ਰੀ ਅਕਾਲ ਦੋਸਤੋ ਏ ਸੀ ਸਾਡਾ ਅੱਜ ਦਾ ਪ੍ਰੋਗਰਾਮ ਪ੍ਰਾਈਮ ਟਾਈਮ ਵਿਦ ਬੈਨੀਪਾਲ ਮੈਨੂੰ ਉਮੀਦ ਨਹੀਂ ਯਕੀਨ ਹੈ ਕਿ ਤੁਹਾਨੂੰ ਅੱਜ ਦੀ ਇਹ ਮੁਲਾਕਾਤ ਚੰਗੀ ਨਹੀਂ ਸਗੋਂ ਬਹੁਤ ਚੰਗੀ ਲੱਗੀ ਹੋਏਗੀ ਮੈਨੂੰ ਇਹ ਮੁਲਾਕਾਤ ਕਰਕੇ ਬਹੁਤ ਸਵਾਦ ਆਇਆ ਆਨੰਦ ਤੁਸੀਂ ਵੀ ਲਿਆ ਹੋਣਾ ਹੈ ਅੱਜ ਦੇ ਸਮੇ ਦੀ ਸਮਾਪਤੀ ਹੈ ਜਾਣ ਤੋਂ ਪਹਿਲਾਂ ਕਹਿਣਾ ਚਾਹੁੰਦਾ ਜ਼ਿੰਦਗੀ ਜ਼ਿੰਦਾ ਦਲੀ ਦਾ ਨਾਮ ਹੈ ਕੱਲ ਫਿਰ ਕਿਸੇ ਨਵੇਂ ਅਤੇ ਨਵੇਂ ਕਲੀਪ ਪ੍ਰੋਗਰਾਮ ਨਾਲ ਮੁੜ ਹਾਜ਼ਰ ਹੋਵਾਂਗਾ ਉਦੋਂ ਤੱਕ ਵੇਖਦੇ ਰਹੋ ਪ੍ਰਾਈਮ ਏਸ਼ੀਆ ਤੁਹਾਡਾ ਆਪਣਾ ਤੁਹਾਡੇ ਲਈ ਦਵਿੰਦਰ ਸਿੰਘ ਬੈਣੀਪਾਲ ਨੂੰ ਆਗਿਆ ਦਿਓ ਸਤਿ ਸ਼੍ਰੀ ਅਕਾਲ